ਜਸਟਿਵ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਪੰਜਾਬ ਦੇ ਲਈ ਇਤਿਹਾਸਿਕ ਦਿਨ ਸੀਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਇਜਲਾਸ ਸੱਦਿਆ ਗਿਆ ਅਤੇ ਇਸ ਵਿਸ਼ੇਸ਼ ਇਜਲਾਸ ਦੀ ਜਿਹੜੀ ਮੌਜੂਦਗੀ ਹੈ ਕੀ ਹੈ ਉਹ ਇਸ ਤਰ੍ਹਾਂ ਦਰਜ ਕਰਾਈ ਗਈ ਕਿ ਅੱਜ ਇਤਿਹਾਸਿਕ ਦਿਨ ਹੋ ਨਿਬੜਿਆ ਹੈਗਾ ਜਿਹੜਾ ਵਿਧਾਨ ਸਭਾ ਵਿੱਚ ਕਿਹਾ ਗਿਆ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਇਜਲਾਸ ਸੱਦਿਆ ਗਿਆ ਅਤੇ ਇਜਲਾਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜ਼ਿਕਰ ਹੋਇਆ ਉਹਨਾਂ ਦੀ ਸਿੱਖਿਆਵਾਂ ਦਾ ਜ਼ਿਕਰ ਹੋਇਆ ਸਭ ਦੇ ਵਿਚਾਲੇ ਸਵਾਲ ਇਹ ਪੁੱਛੇ ਜਾਣ ਲਾਜ਼ਮੀ ਹੈ ਕਿ ਇਸ ਖਾਸ ਇਜਲਾਸ ਨੂੰ ਕੌਣ ਕਿੰਨਾ ਯਾਦ ਰੱਖੇਗਾ ਇਸ ਵਿੱਚ ਬਾਬੇ ਨਾਨਕ ਦੇ ਫਲਸਫੇ ਦੀ ਕਿਹੜੀ ਗੱਲ ਹੋਈ ਸਿਆਸਤ ਕਿੰਨੀ ਪਾਸੇ ਰਹੀ ਅਤੇ ਇਸ ਇਜਲਾਸ ਦੇ ਵਿੱਚ ਉਹ ਕੁਝ ਹੋਇਆ ਜੋ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਇਆ ਵਿਧਾਨ ਸਭਾ ਪੂਰੀ ਸਜੀ ਹੋਈ ਸੀ ਬਾਬੇ ਨਾਨਕ ਦੇ ਪ੍ਰਕਾਸ਼ਪੁਰ ਦੀਆਂ ਰੌਣਕਾਂ ਦਿਖਾਈ ਦੇ ਰਹੀਆਂ ਸੀਗੀਆਂ ਬਹੁਤ ਕੁਝ ਹੋਇਆ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਇਹ ਸਭ ਕੁਝ ਨਹੀਂ ਹੋਇਆ ਪੰਜਾਬ ਹਰਿਆਣਾ ਦੋਨਾਂ ਦੇ ਵਿਧਾਇਕ ਇੱਕ ਸਦਨ ਦੇ ਵਿੱਚ 1966 ਤੋਂ ਬਾਅਦ ਇਕੱਠੇ ਬੈਠੇ ਦਿਖਾਈ ਦਿੱਤੇ ਅਤੇ ਉਦੋਂ ਇਹ ਦੁਆ ਮੰਗੀ ਜਾਣ ਲੱਗ ਪਈ ਕਿ ਇਹ ਪੁਰਾਣੇ ਪੰਜਾਬ ਦੀ ਤਸਵੀਰ ਦਿਖਦੀ ਹੈ ਕੀ ਹੈ ਮੈਂ ਉਸ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਜਿਹੜਾ 1966 ਵਿੱਚ ਵੰਡਿਆ ਗਿਆ ਮੈਂ ਉਸ ਪੰਜਾਬ ਦਾ ਵੀ ਜ਼ਿਕਰ ਕਰ ਰਿਹਾ ਜਿਹੜਾ 1947 ਵਿੱਚ ਵੰਡਿਆ ਗਿਆ ਉਸ ਪੰਜਾਬ ਦਾ ਵੀ ਜ਼ਿਕਰ ਹੋਣਾ ਲਾਜ਼ਮੀ ਹੈਗਾ ਕਿਹੜੀ ਸਿਆਸਤ ਹੋਈ ਅਤੇ ਕਿਹੜੀ ਸਿਆਸਤ ਨਹੀਂ ਹੋਣੀ ਚਾਹੀਦੀ ਸੀ ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਜਿਹੜੇ ਚਰਚਾ ਵਿੱਚ ਉਠਾਉਣੇ ਲਾਜ਼ਮੀ ਹੈਗੇ ਆ ਅਤੇ ਚਰਚਾ ਮੰਗਦੇ ਹੈਗੇ ਆ ਅਸੀਂ ਇੱਕੋ ਸਵਾਲ ਪੁੱਛਾਂਗੇ ਇਜਲਾਸ ਨੇ ਕਿਹੜਾ ਇਤਿਹਾਸ ਸਿਰਜਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਅਤੇ ਅੱਜ ਬਹਿਸ ਕਿਉਂ ਕਰ ਰਹੇ ਹਾਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ ਅਤੇ ਇਹਨਾਂ ਨਾਲ ਸੰਬੋਧਨ ਵੀ ਕੀਤਾ ਹੈਗਾ ਅਤੇ ਬਾਬੇ ਨਾਨਕ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ ਪੰਜਾਬ ਹਰਿਆਣਾ ਦੇ ਰਾਜਪਾਲਾਂ ਸਣੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹੇ ਆ ਸਾਲ 1966 ਵਿੱਚ ਦੋ ਸੂਬਿਆਂ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਦੋਹਾਂ ਸੂਬਿਆਂ ਦੇ ਵਿਧਾਇਕ ਇਕੱਠੇ ਬੈਠੇ ਯਾਨੀ ਕਿ ਪੰਜਾਬ ਹਰਿਆਣਾ ਦੇ ਵਿਧਾਇਕ ਹਰਿਆਣਾ ਦੇ ਵਿੱਚ 90 ਸੀਟਾਂ ਨੇ ਅਤੇ ਪੰਜਾਬ ਦੇ ਵਿੱਚ 117 ਸੀਟਾਂ ਨੇ ਸੰਬੋਧਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਗਿਆ ਇਜਲਾਸ ਦੇ ਦੂਜੇ ਹਿੱਸੇ ਵਿੱਚ ਕੈਪਟਨ ਅਤੇ ਬਾਦਲ ਦੇ ਸੰਬੋਧਨ ਨੇ ਨਵੀਂ ਚਰਚਾ ਵੀ ਛੇੜ ਦਿੱਤੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਉੱਤੇ ਉੱਠ ਕੇ ਇਕੱਠੇ ਹੋਣ ਦਾ ਹੋਕਾ ਦਿੱਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਰਾਣੇ ਮੁੱਦੇ ਭੁੱਲਣ ਦੀ ਲੋੜ 'ਤੇ ਜ਼ੋਰ ਦਿੱਤਾ ਅੰਗਰੇਜ਼ੀ ਸਰਕਾਰੀ ਮਤਾ ਰੱਖਿਆ ਗਿਆ ਕੈਪਟਨ ਨੇ ਮੁਲਕ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜਤਾਈ ਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਚਿੰਤਾ ਜਤਾਈ ਹੈਗੀ ਹੈ ਅਤੇ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈਗਾ ਪ੍ਰਕਾਸ਼ ਸਿੰਘ ਬਾਦਲ ਨੇ ਕਿ ਮੁੱਖ ਮੰਤਰੀ ਰਹਿੰਦਿਆਂ ਅਣਜਾਣੇ 'ਚ ਕਿਸੇ ਦਾ ਦਿਲ ਦੁਖਾਇਆ ਤਾਂ ਮਾਫ਼ੀ ਮੰਗਦਾ ਹਾਂ ਇਹ ਵੀ ਉਹਨਾਂ ਨੇ ਕਿਹਾ ਅਤੇ ਨਾਲ ਆਪਣੀ ਉਮਰ ਦਾ ਹਵਾਲਾ ਦਿੱਤਾ ਕਿ 93 ਸਾਲ ਮੇਰੀ ਉਮਰ ਹੋ ਚੁੱਕੀ ਹੈ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਜਿਹੜੀ ਸਾਡੀ ਜਵਾਨੀ ਹੈਗੀ ਹੈ ਵਿਦੇਸ਼ਾਂ ਨੂੰ ਕਿਉਂ ਜਾ ਰਹੀ ਹੈਗੀ ਹੈ ਬਹੁਤ ਸਾਰੇ ਇਹੋ ਜਿਹੇ ਸਵਾਲ ਹੈ ਪ੍ਰਕਾਸ਼ ਸਿੰਘ ਬਾਦਲ ਨੇ ਰੱਖੇ ਅਤੇ ਇਹ ਵੀ ਕਿਹਾ ਕਿ ਯਾਦਗਾਰਾਂ ਜਿਹੜਾ ਵਿਰਸਾ ਹੈਗਾ ਉਹ ਅਸੀਂ ਕਿਵੇਂ ਸਾਂਭਿਆ ਹੈਗਾ ਅਤੇ ਸਾਰਿਆਂ ਨੂੰ ਇਹ ਸਾਂਭਣਾ ਚਾਹੀਦਾ ਹੈਗਾ ਅਤੇ ਸਿਆਸਤ ਤੋਂ ਪਾਸੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਗੱਲਾਂ ਉੱਥੇ ਹੋਈਆਂ ਅਤੇ ਦੇਸ਼ ਦੇ ਹਾਲਾਤਾਂ 'ਤੇ ਦੋਹਾਂ ਲੀਡਰਾਂ ਨੇ ਕੀ ਕਿਹਾ ਹੈਗਾ ਪਹਿਲਾਂ ਉਹ ਸੁਣ ਲਈਏ ਅਤੇ ਉਸ ਤੋਂ ਬਾਅਦ ਸਵਾਲ ਪੁੱਛਾਂਗੇ ਜ਼ਰੂਰ ਇਹ ਮੁਲਕ ਟੁੱਟਦਾ ਜਾ ਰਿਹਾ ਇਹ ਮੁਲਕ ਦੇ ਵਿੱਚ ਮਹਾਰਾਜ ਨੇ ਕਿਹਾ ਸੀ ਮੈਂ ਸਵੇਰੇ ਵੀ ਕਿਹਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਾਰੇ ਰੱਬ ਦੇ ਬੰਦੇ ਇਸ ਕਿਸਮ ਦੀ ਅਗਰ ਭਾਵਨਾ ਆਪਾਂ ਬਣਾ ਸਕਦੇ ਹਾਂ ਪੰਜਾਬ ਦੇ ਵਿੱਚ ਔਰ ਇਹ ਫੈਲ ਸਕਦੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਦੇਖੋ ਕਿੰਨਾ ਫਰਕ ਪੈ ਸਕਦਾ ਔਰ ਮਹਾਰਾਜ ਪਹਿਲੇ ਪਾਤਸ਼ਾਹੀ ਦਾ ਜਿਹੜਾ ਹੁਕਮ ਹੈ ਉਸ ਦੇ ਵਿੱਚ ਉਹਦੇ ਨਾਲ ਆਪਾਂ ਟਾਲ ਨਹੀਂ ਸਕਦੇ ਹੁਣ ਇਹੀ ਹੈ ਕਿ ਆਪਾਂ ਇੱਕ ਦੂਜੇ ਨਾਲ ਬਹਿ ਕੇ ਪਿਆਰ ਨਾਲ ਇਸ ਗੱਲ ਨੂੰ ਨਿਪਟਾਈਏ ਜ਼ਮੀਨਾਂ ਵੇਚ ਕੇ ਬੱਚੇ ਬਾਹਰਲੇ ਮੁਲਕਾਂ ਨੂੰ ਚਲੇ ਜਾ ਰਹੇ ਹੈ ਔਰ ਅੱਜ ਹਿੰਦੁਸਤਾਨ ਦਾ ਬਹੁਤਾ ਧਨ ਜਿਹੜਾ ਹੈ ਵੱਡੇ ਵੱਡੇ ਇੰਡਸਟਰੀਅਲਿਸਟ ਜਾਂ ਹੋਰ ਉਹ ਬਾਹਰ ਭੇਜੀ ਜਾ ਰਹੇ ਹੈ ਡਿਸਿਪਲਿਨ ਵੀ ਖਤਮ ਹੁੰਦਾ ਜਾ ਰਿਹਾ ਕੱਲ੍ਹ ਦਿੱਲੀ 'ਚ ਵੇਖ ਲਓ ਕੀ ਹੋਇਆ ਪੁਲਿਸ ਦਾ ਤੇ ਵਕੀਲ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਤਾਰੀਫ ਨਹੀਂ ਕਰਦਾ ਪਰ ਇੱਕ ਡਿਸਿਪਲਿਨ ਫੋਰਸ ਨੂੰ ਇਹ ਕਦਮ ਚੁੱਕਣਾ ਇਹ ਸਾਡੇ ਮੱਥੇ 'ਤੇ ਕਲੰਕ ਹੈ ਔਰ ਇਹ ਸੋਚਣਾ ਚਾਹੀਦਾ ਵੀ ਉਹਨਾਂ ਨੂੰ ਕਿਉਂ ਚੱਕਣਾ ਪਿਆ ਮੈਂ ਨਾ ਵਕੀਲਾਂ ਦੇ ਹੱਕ 'ਚ ਨਾ ਉਹਨਾਂ ਮੈਂ ਦੱਸਦਾ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਹੁੰਦੀਆਂ ਜਦੋਂ ਕੋਈ ਦੇਸ਼ ਨਿਗਾਰ ਵਾਸਤੇ ਨਿਗਾਰ ਵੱਲ ਨੂੰ ਚੱਲਦਾ ਸਵਾਲ ਇੱਕੋ ਪੁੱਛਿਆ ਜਾਵੇਗਾ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ 550ਵੇਂ ਪ੍ਰਕਾਸ਼ ਪੁਰਬ ਮੌਕੇ ਸੱਦੇ ਖਾਸ ਇਜਲਾਸ ਨੂੰ ਕੌਣ ਕਿੰਨਾ ਯਾਦ ਰੱਖੇਗਾ ਕੌਣ ਕਿੰਨਾ ਯਾਦ ਰੱਖੇ ਦਾ ਮਤਲਬ ਇਹ ਵੀ ਹੈਗਾ ਪੰਜਾਬ ਦੀ ਜਨਤਾ ਕਿੰਨੀ ਯਾਦ ਰੱਖੇਗੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਇਹ ਸਦਨ ਕਿੰਨਾ ਯਾਦ ਰੱਖੇਗਾ ਜਿਹੜੀਆਂ ਗੱਲਾਂ ਉੱਥੇ ਸਦਨ ਵਿੱਚ ਹੁਣ ਹੋਈਆਂ ਉਹ ਭਵਿੱਖ ਵਿੱਚ ਕਿੰਨੀਆਂ ਯਾਦ ਰਹਿਣਗੀਆਂ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮੁਤਾਬਕ ਕਿਸਾਨੀ ਕਿਰਤੀ ਉਹਨਾਂ ਬਾਰੇ ਜ਼ਿਕਰ ਕਿੰਨਾ ਹੋਊਗਾ ਗਰੀਬ ਲਾਚਾਰ ਜਿਹੜਾ ਭੁੱਖਮਰੀ ਦਾ ਸ਼ਿਕਾਰ ਹੈਗਾ ਅਤੇ ਜਬਰ ਜ਼ੁਲਮ ਦੇ ਖਿਲਾਫ ਜਿਹੜੀ ਗੁਰੂ ਨਾਨਕ ਨੇ ਆਵਾਜ਼ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਚੁੱਕੀ ਸੀ ਉਸ ਨੂੰ ਸਦਨ ਕਿੰਨਾ ਯਾਦ ਰੱਖਦਾ ਹੈਗਾ ਬਹੁਤ ਸਾਰੇ ਇਹੋ ਜਿਹੇ ਸਵਾਲ ਆ ਪੁੱਛੂ
ਪੁੱਛੂਗਾ ਜ਼ਰੂਰ, ਬੜਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਖਾਸ ਇਜਲਾਸ ਨੂੰ ਕੌਣ ਕਿੰਨਾ ਯਾਦ ਰੱਖੇਗਾ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ ਸੁਰਿੰਦਰ ਸਿੰਘ ਬੈਂਸ, ਸੀਨੀਅਰ ਜਰਨਲਿਸਟ ਨੇ। ਬੈਂਸ ਸਾਹਿਬ ਉੱਥੇ ਸਦਨ ਵਿੱਚ ਮੌਜੂਦ ਰਹੇ ਹੈਗੇ ਆ, ਇਹਨਾਂ ਨੇ ਸਾਰੀ ਕਾਰਵਾਈ ਦੇਖੀ ਹੈਗੀ, ਇਸ ਕਰਕੇ ਇਹਨਾਂ ਨੂੰ ਸੱਦਿਆ ਹੈਗਾ। ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਿੰਪਲ ਮਿੱਟਾ ਕਾਂਗਰਸ ਦੇ ਬੁਲਾ ਰਹੇ, ਇਹਨਾਂ ਨੇ ਵੀ ਸਦਨ ਦੀ ਕਾਰਵਾਈ ਦੇਖੀ ਹੈਗੀ। ਰਿੰਪਲ ਮਿੱਟਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਦੀਪ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਹੈਗੇ, ਇਹਨਾਂ ਨੇ ਸਦਨ ਦੀ ਕਾਰਵਾਈ ਦੇਖੀ ਕਿ ਨਹੀਂ ਦੇਖੀ ਪਤਾ ਨਹੀਂ, ਪਰ ਸਦਨ ਦੀ ਕਾਰਵਾਈ ਤੋਂ ਇਹਨਾਂ ਨੇ ਸਿੱਖਿਆ ਕੁਛ, ਬਹੁਤ ਕੁਛ ਹੋਵੇਗਾ, ਕਿਉਂਕਿ ਇਹ ਵੱਡੇ ਲੀਡਰ ਜਦੋਂ ਬੋਲਦੇ ਹੈਗੇ ਆ ਅਤੇ ਯੂਥ ਨੂੰ ਦੱਸਦੇ ਹੈਗੇ ਤੁਸੀਂ ਅੱਗੇ ਕੀ ਕਰਨਾ ਹੈਗਾ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਯੂਥ ਕੀ ਸਿੱਖੇਗਾ। ਪ੍ਰਸਮ ਅਜੀਤ ਸਿੰਘ ਪੋਲੀਟੀਕਲ ਐਨਲਿਸਟ ਤੌਰ ਤੇ ਵਿਚਰਦੇ ਨੇ। ਪ੍ਰਸਮ ਅਜੀਤ ਸਿੰਘ ਨੇ ਮੇਰਾ ਖਿਆਲ ਟੀਵੀ ਤੇ ਸਾਰੀ ਕਾਰਵਾਈ ਦੇਖੀ ਹੋਵੇਗੀ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਜਲਾਸ ਨੇ ਕਿਹੜਾ ਇਤਿਹਾਸ ਸਿਰਜਿਆ ਹੈਗਾ। ਬਹੁਤ ਸਵਾਗਤ ਹੈ ਪ੍ਰਸਮ ਅਜੀਤ ਸਿੰਘ ਤੁਹਾਡਾ ਵੀ। ਪਹਿਲਾਂ ਤਾਂ ਸਾਰੇ ਪੈਨਲ ਨੂੰ ਪ੍ਰਕਾਸ਼ ਪੁਰਬ ਮੌਕੇ ਜਿਹੜੇ ਇਹ ਖਾਸ ਇਜਲਾਸ ਸੱਦੇ ਗਏ ਹੈਗੇ ਆ ਜਾਂ ਸਮਾਗਮ ਸ਼ੁਰੂ ਹੋ ਗਏ ਆ ਜਾਂ ਹੋਰ ਜਿਹੜੀਆਂ ਰੋਹ ਰੀਤਾਂ ਹੈਗੀਆਂ ਰਿਵਾਜ਼ਾਂ ਹੈ ਰਿਵਾਜ਼ ਹੈਗੇ ਆ ਰਵਾਇਤਾਂ ਹੈਗੀਆਂ ਉਹਨਾਂ ਨੂੰ ਅੱਗੇ ਵਧਾਇਆ ਜਾ ਰਿਹਾ, ਉਹਨਾਂ ਸਭ ਦੇ ਲਈ ਤੁਹਾਨੂੰ ਸਭ ਨੂੰ ਮੁਬਾਰਕ ਹੈ। ਸਭ ਤੋਂ ਪਹਿਲਾਂ ਸਵਾਲ ਰਿੰਪਲ ਮੀਡਾ ਤੁਹਾਨੂੰ ਕਰਨਾ ਚਾਹੂੰਗਾ। ਰਿੰਪਲ ਮੀਡਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਾਂ ਇਕੱਠੇ ਹੋਣ ਦਾ ਹੋਕਾ ਦਿੱਤਾ, ਇੱਕ ਦੇਸ਼ ਦੇ ਹਾਲਾਤਾਂ ਚਿੰਤਾ ਜਤਾਈ ਹੈਗੀ ਆ। ਇਕੱਠੇ ਹੋਣ ਦਾ ਹੋਕਾ ਜਿਹੜਾ ਉਸ ਵਿੱਚ ਦਮ ਕਿੰਨਾ ਹੈਗਾ ਅਤੇ ਸਿਆਸਤ ਕਿੰਨੀ ਹੈਗੀ ਆ? ਦੇਖੋ, ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਔਰ ਜਿਹੜੀ ਹੈ ਸੂਬੇ ਦੀ ਵਿੱਚ ਮੌਜੂਦਾ ਸਰਕਾਰ, ਉਹ ਇਹ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਇਸ ਦੌਰ 'ਚ ਆਇਆ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਸਾਰਿਆਂ ਦੇ ਲਈ। ਔਰ ਉੱਥੇ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਸਿਆਸਤ ਹੈ ਔਰ ਜਿਹੜਾ ਇਹ ਇੱਕ ਸ਼ਰਧਾ ਦੇ ਨਾਲ ਇਹ ਉਤਸ਼ਾਹਿਤ ਹੋਏ ਨੇ ਸਾਰੇ ਰਲ ਮਿਲ ਕੇ, ਇਹ ਜਿਹੜੀਆਂ ਗੱਲਾਂ ਹੈ ਇਸ ਨੂੰ ਜਦੋਂ ਆਪਾਂ ਕਿਸੇ ਸਿਆਸੀ ਐਂਗਲ ਨਾਲ ਵੇਖਦੇ ਹਾਂ ਤਾਂ ਉਸ ਦੇ ਉੱਤੇ ਜਿਹੜਾ ਹੈ ਉਹ ਗਲਤ ਰੰਗ ਚੜ੍ਹਦਾ ਹੈ। ਇਸ ਨੂੰ ਸਾਨੂੰ ਇੱਕ ਉਹੀ ਚੀਜ਼ ਨੂੰ ਇੱਕ ਪਵਿੱਤਰਤਾ ਔਰ ਪਾਕ ਅੱਖਾਂ ਦੇ ਨਾਲ ਹੀ ਵੇਖਣਾ ਚਾਹੀਦਾ, ਔਰ ਉਹ ਜਿਹੜਾ ਪਾਕ ਸੁਨੇਹਾ ਸੀ ਉਹ ਇਹੀ ਹੈ ਕਿ ਸਾਰੇ ਜਿਹੜੇ ਰਲ ਮਿਲ ਕੇ ਅੱਜ ਬੈਠੇ, ਸਾਰਿਆਂ ਨੇ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਨੂੰ ਲੈ ਕੇ ਸਭ ਉਤਸ਼ਾਹਿਤ ਵਿਖੇ, ਸਾਰਿਆਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਹੈ ਉਹ ਇੱਕ ਰੌਣਕ ਵੱਖਰੀ ਸੀ, ਨੂਰ ਵੱਖਰਾ ਸੀ। ਔਰ ਜਿਹੜਾ ਇਹ ਜਿਹੜਾ ਸੁਨੇਹਾ ਹੈ ਇਹ ਥੱਲੇ ਤੱਕ ਇੱਕ ਮੈਸੇਜ ਦਿੰਦਾ ਹੈ, ਥੱਲੇ ਤੱਕ ਸੁਨੇਹਾ ਹੈ ਕਿ ਸਾਰਿਆਂ ਨੂੰ ਇਸ ਤਰ੍ਹਾਂ ਰਲ ਮਿਲ ਕੇ ਸਦਭਾਵਨਾ ਵਾਲਾ ਮਾਹੌਲ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਠੀਕ, ਕਲੇਰ ਸਾਹਿਬ, ਬਾਦਲ ਸਾਹਿਬ ਨੇ ਅੱਜ ਬੜੀਆਂ ਮਹੱਤਵਪੂਰਨ ਗੱਲਾਂ ਕੀਤੀਆਂ ਹੈਗੀਆਂ ਉੱਥੇ। ਕੈਪਟਨ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਉਸ ਤੋਂ ਬਾਅਦ ਬਾਦਲ ਸਾਹਿਬ ਬੋਲੇ ਹੈਗੇ ਆ, ਤੁਹਾਨੂੰ ਲੱਗਿਆ ਕਿ ਬਾਦਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਉਸ ਵਿੱਚ, ਮੈਂ ਸਵਾਲ ਇਸ ਕਰਕੇ ਤੁਹਾਨੂੰ ਕਰ ਰਿਹਾ ਕਿਉਂਕਿ ਸਾਰੇ ਕਹਿੰਦੇ ਹੈਗੇ ਆ ਦੋਨੋਂ ਲੀਡਰ ਬਹੁਤ ਜ਼ਿਆਦਾ ਸਿਆਸਤ ਕਰਦੇ ਆ, ਅੱਜ ਤੁਹਾਨੂੰ ਸਿਆਸਤ ਨਜ਼ਰ ਆਈ? ਨਹੀਂ ਕੇਪੀ ਜੀ, ਅੱਜ ਦਾ ਜੋ ਸਦਨ ਦੇ ਜੋ ਵੀ ਕਾਰਵਾਈ ਹੋਈ ਉਹ ਸਿਆਸਤ ਤੋਂ ਬਹੁਤ ਦੂਰ ਸੀ, ਕੋਹਾਂ ਦੂਰ ਸੀ। ਅੱਜ ਬੜੀ ਚੰਗੀ ਗੱਲ ਦੇਖਣ ਨੂੰ ਮਿਲੀ ਕਿ ਸਿਰਫ ਉੱਥੇ ਗੁਰੂ ਨਾਨਕ ਦੇਵ ਜੀ ਦੇ ਫਲਸਫਿਆਂ ਬਾਰੇ ਜਾਂ ਜੋ ਪੰਜਾਬ 'ਚ ਮੌਜੂਦਾ ਇੱਕ ਹਾਲਤ ਹੈ ਉਹ 'ਤੇ ਚਰਚਾ ਕੀਤੀ ਗਈ, ਕੋਈ ਸਿਆਸੀ ਗੱਲ ਕਿਸੇ ਨੇ ਵੀ ਉੱਥੇ ਨਹੀਂ ਕੀਤੀ। ਔਰ ਜਿੱਥੇ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਸਵਾਲ ਹੈ, ਇਸ ਟਾਈਮ ਮੈਨੂੰ ਲੱਗਦਾ ਵਿਧਾਨ ਸਭਾ 'ਚ ਉਹ ਸਭ ਤੋਂ ਵੱਡੀ ਉਮਰ ਦੇ MLA ਨੇ, 93 ਸਾਲ ਉਹਨਾਂ ਦੀ ਉਮਰ ਹੈ। ਬਿਲਕੁਲ ਠੀਕ ਹੈ। ਸੋ ਸਿਆਸਤ ਤੋਂ ਉੱਪਰ ਉੱਠ ਕੇ ਅੱਜ ਉਹਨਾਂ ਨੇ ਜਿਹੜੀਆਂ ਆਪਣੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ, ਜਿਹੜੀ ਉਹਨਾਂ ਨੇ ਇੱਕ ਚਿੰਤਾ ਜ਼ਾਹਰ ਕੀਤੀ ਪੰਜਾਬ ਦੇ ਯੂਥ ਦੀ, ਜਿਹੜਾ ਬਾਹਰ ਜਾ ਰਿਹਾ ਜ਼ਮੀਨਾਂ ਵੇਚ ਕੇ, ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੀ ਆਪਾਂ ਸਾਰਿਆਂ ਨੂੰ ਪਤਾ। ਦੂਜੀ ਗੱਲ, ਜਿਹੜੀ ਬਾਦਲ ਸਾਹਿਬ ਨੇ ਇੱਕ ਐਡਾ ਵੱਡਾ ਪੋਲੀਟੀਸ਼ੀਅਨ, 5 ਵਾਰ ਦਾ ਮੁੱਖ ਮੰਤਰੀ, 93 ਸਾਲ ਦੀ ਉਮਰ 'ਚ MLA ਸਦਨ 'ਚ, ਉਹਨਾਂ ਨੇ ਆ ਕੇ ਉੱਥੇ ਬਾਬਾ ਨਾਨਕ ਦੇ ਜਿੱਦਣ 550 ਸਾਲਾਂ ਦੇ ਉਪਲਕਸ਼ ਜੋ ਸਮਾਗਮ ਹੋਏ ਉਹਨਾਂ ਦੇ ਵਿੱਚ ਆ ਕੇ ਉਹਨਾਂ ਨੇ ਸੰਗਤ ਤੋਂ ਮਾਫ਼ੀ ਮੰਗੀ ਕਿ ਮੈਂ ਇੰਨੇ ਲੰਬਾ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ, ਲੋਕਾਂ ਦੀ ਸੇਵਾ ਕੀਤੀ, ਅਗਰ ਕਿਸੇ ਦਾ ਨਾ ਚਾਹੁੰਦੇ ਹੋਏ ਵੀ ਦਿਲ ਦਿਖਾਇਆ ਹੋਵੇ ਤਾਂ ਮਾਫ਼ੀ। ਸੋ ਇਹ ਜਦੋਂ ਇੱਕ ਅੱਜ ਦਾ ਜਿਹੜਾ ਉੱਥੇ ਮਾਹੌਲ ਸੀ ਉਹ ਥੋੜ੍ਹਾ ਭਾਵਨਾਤਮਕ ਮਾਹੌਲ ਵੀ ਬਣ ਚੁੱਕਿਆ ਸੀਗਾ। ਸੋ ਇਹ ਗੱਲਾਂ ਸਿਆਸਤ ਤੋਂ ਦੂਰ ਨੇ ਪਰ ਦਿਲੋਂ ਗੱਲ ਕਰ ਰਹੇ ਸੀ, ਮੈਨੂੰ ਇਹ ਗੱਲ ਹੋ ਰਹੀ ਸੀ। ਇੱਕ ਬਾਦਲ ਸਾਹਿਬ ਨੇ ਅੱਜ ਇਹ ਗੱਲ ਕਹਿਤੀ ਕਿ ਜਦੋਂ ਦੇਸ਼ ਨਿਗਾਰ ਵੱਲ ਨੂੰ ਜਾਂਦਾ ਹੈਗਾ, ਕੰਟੈਕਸਟ ਉਹਨਾਂ ਨੇ ਪੁਲਿਸ ਅਤੇ ਵਕੀਲਾਂ ਦੀ ਝੜਪਦਾ ਲਿਆ ਸੀਗਾ, ਪਰ ਜਦੋਂ ਬਾਦਲ ਸਾਹਿਬ ਇਹ ਗੱਲ ਕਹਿਣ ਉਹਦਾ ਮਤਲਬ ਬਹੁਤ ਵੱਡਾ ਹੈਗਾ, ਦੇਸ਼ ਨਿਗਾਰ ਵੱਲ ਨੂੰ ਜਾ ਰਿਹਾ, ਅਕਾਲੀ ਦਲ ਅੱਜ ਮਹਿਸੂਸ ਕਰ ਰਿਹਾ ਦੇਸ਼। ਤੁਸੀਂ ਬਾਦਲ ਸਾਹਿਬ ਦੀ ਅਗਰ ਸਟੇਟਮੈਂਟ ਦੇਖੋਗੇ ਤਾਂ ਉਹਦਾ ਇੱਕੋ ਇੱਕ ਮਤਲਬ ਜੋ ਬਾਦਲ ਸਾਹਿਬ ਕਹਿ ਰਹੇ ਨੇ ਜੋ ਉੱਥੇ ਪੁਲਿਸ ਦਾ ਅਤੇ ਵਕੀਲਾਂ ਦੇ ਵਿੱਚ ਹੋਇਆ, ਬਾਦਲ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੈਗਾ ਕਿ ਸਾਡੀ ਸੋਚ ਕਿਸ ਪਾਸੇ ਨੂੰ ਜਾ ਰਹੀ ਹੈ। ਨਹੀਂ, ਮੈਂ ਇਹਨੂੰ ਦੱਸਦਾ, ਮੈਂ ਇਦਾਂ ਨਾ ਕਰੋ। ਬਾਦਲ ਸਾਹਿਬ ਨੇ ਕਿਹਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਹੁੰਦੀਆਂ ਜੋ ਦੇਸ਼ ਨਿਗਾਰ ਵੱਲ ਨੂੰ ਜਾਂਦਾ, ਅਕਾਲੀ ਦਲ ਇਹ ਮੰਨਣ ਲੱਗ ਪਿਆ ਹੈਗਾ ਦੇਸ਼ ਨਿਗਾਰ ਵੱਲ ਨੂੰ ਜਾ ਰਿਹਾ, ਕਿਉਂਕਿ ਇਹ ਵਿਰੋਧੀ ਪਾਰਟੀ, ਇਹਨਾਂ ਨੇ ਤਾਂ ਇਹ ਗੱਲ ਕਹਿਣੀ ਕਹਿਣੀ ਹੈਗੀ, ਮੈਂ ਤਾਂ ਇਸ ਕਰਕੇ ਸਵਾਲ ਹੀ ਨਹੀਂ ਕੀਤਾ। ਕੇਪੀ ਜੀ, ਮੇਰੀ ਤੁਸੀਂ ਗੱਲ ਪੂਰੀ ਹੋਣ ਦਿਓ। ਦੇਸ਼ ਨਿਗਾਰ ਵੱਲ ਕਦੋਂ ਜਾਂਦਾ? ਜਦੋਂ ਸੋਚ ਨਿਗਾਰ ਵੱਲ ਜਾਂਦੀ ਹੈ।
इस लिए बादल साहब के कहने का मकसद यह है भी जो भी दिल्ली च होया चाहे पुलिस ने किया चाहे वकीलों ने किया उन्होंने यह गल की बादल साहब की गल नहीं कहता मिस इंटरप्रेट कर रहे हो क्लियर साहब नहीं मैं मिस इंटरप्रेट नहीं कर रहा मैं बस फटाफट तुम्हारा कमेंट चाहिए उस तो बाद मैं ब्रेक उन्होंने शब्द वर्त्या कि निगार तुम बस तुम होते थे मैं सुनया उन्होंने जिवें कहंदे दिल दी गल कीती है सही है कि दिल दी गल कीती होएगी पर ओदे पिछे मैनू थोड़ी जी पॉलिटिक्स से नजर आई है क्योंकि जेड़ा एक एग्जांपल दित्ती है उन्होंने क्योंकि वो इंसीडेंट हुणी होया ताजा ताजा होया ओदी एग्जांपल दित्ती है पर उन्होंने जेड़ा वड्डा कटाक्ष है वो सारे देश की जी निगर की हालत के उत्ते है और एक वड्डा कमेंट मिलदा ईमानदारी ईमानदारी ने उन्होंने गल रखी है मिस्टर बादल तुसीं ईमानदारी कह सकते फिलहाल उन्हों क्योंकि उन्होंने गल कही है और कोई बादल साहब का कद अपना पोलीटिकली बहुत वड्डा है और जो गल कहते हैं तो बीजेपी वास्ते भी सोचने की गल है कि जो बादल साहब गल कहते हैं तो वाकई वे पिछे कोई ना कोई उन्होंने तर्क है ठीक है एक छोटा ब्रेक लवेंगे ब्रेक तो वापस आवेंगे बाबे नानक के फलसफे का सदन से किन्ना असर होगा यह सवाल अपने आप महत्वपूर्ण है पर जदों मिस्टर बादल ये गल कह के सिक्ख्या वाल सानू ध्यान देना चाहिए है क्या जो कैप्टन अमरिंदर सिंह ये गल कह कि असी बहुत कदम चकते पे है कि जो ये कह कि असी सियासत को पासे छड़ दिए सारे रल के है जोड़ा वो अगे वधिए है कि फिर योजे सवाल है जोड़े दोहां लीडर सांझी वालता कि दिखाई दी है कि कैप्टन के बादल के हाथ पंजाब का भविख सुरक्षित है ब्रेक तो वापस आ रहे हैं सवाल इको पुछ रहे हैं सवाल असं ये पूछ रहे हैं 595वें प्रकाश पुरब मौके सदे खास खास इजलास नूं कौन किन्ना याद रखेगा प्रसमजीत सिंह सवाल मैं एक छड़ के गया सीगा पिछले सैगमेंट दे विच ये सवाल हो सकता है कि बहुते लोगों नूं ये सवाल है जिहड़ा वो मेरा गलत लग्या होवे पर मैं कैप्टन ते बाल दा जो जिक्र करदा ते मैं उन्हां दे अगां जिहड़े और विरसा रख के जा रहे हैगे मैं उन्हां दा जिक्र कर रहा हैगा कि कैप्टन ते बाल दी लीडरशिप है पंजाब दे भविख नूं बचा सकेगी देखो जो अज गल्लां होईयां पहली गल तो यह है क्योंकि गुरु नानक देव जी भी एक बगावत का चिन्ह भी है जिथे वो विकल्प का फलसफा विचार तो जीवन जाच सिखाते हैं कि मेहनत करके करो वेले ना फिरो एवें जटा ना वधाई फिरो यहो जिहा सारा फलसफा देंदे है तो वह एक बगावत भी जिहड़ी गलत गल्लां हो रही उहदे वल बगावत का भी सिंबल बनते हैं अज जिहड़ा उस औरे च असैंबली च आ मैनूं तो इउं लगदा सी कि जिवें असैंबली ना होवे जिमें एक नवा उत्थे गुरु नानक देव जी की सुपरविजन दे विच उन्हां दे विचार की सुपरविजन दे विच उत्थे सारा सैशन चलिया होए बंदियां दे रंग ही बदले सी बोलण दी जिहड़ी भाषा ही बदली हुई सी काफ़ी ज़्यादा डर चो कह लो जां शरदा चो कह लो पर राजनीतिक लीडरां दे जिन्ना मैं सुनिया आ कुछ तुसीं भी सुनाया उहदा हिस्सा वो एवं लगता सी कि सच बोलण तो रह नहीं सके यही कैप्टन साहब ने जो ये गल कही है तो उन्होंने बड़ा सोहना टुटता जा रहा यह कहना वेंकैया बिठा के स्टेज के उत्ते बड़ी वड्डी गल मैं तो यह गल कही बादल साहब का यह गल कहना बिना यह डॉक्टर मनमोहन सिंह ने जो अपने संबोधन किया है उन्दे विच जिक्र आ रहा थोड़ा जी बिल्कुल जिक्र आ रहा टोटली सारिया गलों के चलते डॉक्टर मनमोहन सिंह चलो विरोधी पार्टी के है पर जो मिस्टर बादल यह गल बिल्कुल 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 उन्होंने ये शब्द जो वर्त्या कि देश का निगार यह मतलब है कि देश का निगार का मतलब की है प्लीज दी एग्जाम्पल मैं एक छोटा छोटा रोक रहा संदर्भ में सारे मैं एक छोटा बयान तो होर सुना दा कैप्टन अमरिंदर सिंह ते प्रकाश सिंह बादल दा उस स्नेहा देन दी की कोशिश कर रहे सी पहला बयान सुन लिए उस बाद इस चर्चा नूं अगे वधावांगे मैं अज फिर बेनती करदा साडे जिहड़े बादल साहब उरे बैठे ने बड़े देर इन्हां ने सदन दे विच अपना इत्थे सेवा कीती है वह भी इस गल नूं थोड़ा बहुता सोच लैन अपना हुण जिहड़ियां गल्लां रह गईआं ने एक साल इह मैं इस गल सिर्फ ये नहीं कर रहा कि 12 तरीक ताईं आपां इह चलना है या करतारपुर साहब जाना है आपां ने 9 तरीक नूं लेकिन पूरा साल ये चलना है अगर असी एक स्टेज ते बह के महाराज का कुछ उन्होंने बारे गल कर सकीए एक बड़ी अच्छी एक किस्म की हवा बन सकती है पूरे साढ़े सूबे च और इसकी लोड़ है एकता की लोड़ है कारा आउंदियां जांदियां एक होर चीज है लेकिन असी आपस दी प्यार मोहब्बत एक दूजे का सत्कार एक अमन शांति जिहड़े लोग अमन शांति भंग करना चाहते उहदे खिलाफ भी इकट्ठे हुई कि मेरी जिंदगी हुण 93 साल का मैं हो गया तो मैं सारे सदन नूं इह कहना कि भाई जे मैथों कोई गलती हो गई होवे मेरे करके किसी का दिल दुखा हो मैं हाथ बन के माफी मांगदा मेरा ना कदे मंतव रहा है ना मैं ये कह सकता कोई बंदा मैं कह सकता है कि इन्ना चिर मैं सरकार चलाई है किसी का मन दुखाया मैं साहब की टिप्पणी करना चाहोगे देखो मैं दो तीन गल्लां करनियां है एक तो जिक्र इन्होंने जिवें तुसीं देखा होना कि जदों
सदन के मैं मौजूद सगा उत्थे कैप्टन अमरिंदर सिंह ने जो संबोधन किया उदों बादल साहब का नाम नहीं लिया जो और जो उपराष्ट्रपति बोले उदो उन्होंने प्रकाश सिंह बादल का नाम लिया वेंकैया नायडू ने लिता से ठीक है और कैप्टन अमरिंदर सिंह ने सिर्फ हुड्डा साहब का जो भुपिंदर सिंह हुड्डा का नाम लिया जो हरियाणा कैप्टन साहब ने उदो तंग दिली दिखाई उत्थे कितने ना कि पॉलिटिक्स उत्थे भी चल रही थी एक गल मैं होर जी ऐड करनी चाहूँगा ਜਿਹੜੀ ਆਪਾਂ ਗੱਲ ਕਰ ਰਹੇ ਸੀ ਦੇਸ਼ ਨਿਕਾਰ ਵੱਲ ਜਾ ਰਿਹਾ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਸਪੀਚ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਹੈ ਜਿਹੜੀ ਪੰਜਾਬ ਦੇ ਬਾਰੇ ਸੀਗੀ ਉਹ ਇਹ ਸੀਗੀ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਆ ਨਸ਼ਿਆਂ ਦਾ ਜਿਹੜਾ ਪ੍ਰਸਾਰ ਹੋ ਰਿਹਾ ਹੈ ਨਸ਼ੇ ਚੱਲ ਰਹੇ ਆ ਪੰਜਾਬ ਦਾ ਪੌਣ ਪਾਣੀ ਜਿਹੜਾ ਗੰਧਲਾ ਹੋ ਰਿਹਾ ਹੈ ਔਰ ਉਹਦੇ ਨਾਲ ਜਿਹੜੀ ਉਹਨਾਂ ਨੇ ਕਹੀ ਕਿ ਔਰਤਾਂ ਦਾ ਜਿਹੜਾ ਇੱਥੇ ਸਤਿਕਾਰ ਜਿਹੜਾ ਪ੍ਰੋਪਰ ਉਸ ਢੰਗ ਨਾਲ ਨਹੀਂ ਮਿਲਦਾ ਨਿਰਾਦਰ ਜਿਹੜਾ ਉਹ ਹੋ ਰਿਹਾ ਸੋ ਇਹ ਗੱਲਾਂ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਇਹੋ ਜਿਹੇ ਹਾਲਾਤ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਹਦਾ ਸਤਿਕਾਰ ਕਰਦੇ ਹਾਂ ਸੋ ਇਹ ਗੱਲ ਜਿਹੜੀ ਹੈ ਬਹੁਤ ਵੱਡਾ ਇੱਕ ਕਮੈਂਟ ਸੀਗਾ ਪੰਜਾਬ ਗੌਰਮੈਂਟ ਦੇ ਉੱਤੇ ਜਿਹੜੀ ਇਸ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਉੱਤੇ ਔਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਮਨਮੋਹਨ ਸਿੰਘ ਇਸ ਗੱਲ ਤੋਂ ਲੈ ਕੇ ਬਹੁਤ ਅੰਦਰੋਂ ਚਿੰਤਤ ਸੀਗੇ ਕਿ ਜੋ ਪੰਜਾਬ 'ਚ ਹੋ ਰਿਹਾ ਹੈ ਜੋ ਪੰਜਾਬ 'ਚ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਨੇ ਵੀ ਆਪਣੀ ਦਿਲ ਦੀ ਗੱਲ ਕੀਤੀ ਜਿਵੇਂ ਮੈਨੂੰ ਲੱਗਦਾ ਪ੍ਰੋਫੈਸਰ ਮਨਜੀਤ ਸਿੰਘ ਜਿਹੜੀ ਗੱਲ ਕਹਿ ਰਹੇ ਸੀ ਅੱਜ ਦਿਨੋਂ ਗੱਲਾਂ ਨਿਕਲ ਆਈਆਂ ਡਾਕਟਰ ਮਨਮੋਹਨ ਸਿੰਘ ਦੇ ਜਿਹੜੀ ਦਿਲੋਂ ਗੱਲ ਨਿਕਲੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਦਿਲੋਂ ਗੱਲ ਨਿਕਲੀ ਮੇਰਾ ਖਿਆਲ ਦੋਨੋਂ ਪਾਰਟੀਆਂ ਫਸ ਗਈਆਂ ਇਸ ਮੁੱਦੇ ਤੇ ਹਾਂ ਬਿਲਕੁਲ ਦੇਖੋ ਜਿਹੜਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਇਹ ਗੱਲ ਕਹਿਣੀ ਉਹਨਾਂ ਦੀ ਮੈਂ ਫਿਰ ਦੁਬਾਰਾ ਇਹੀ ਕਹੂੰਗਾ ਕਿ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਬੜਾ ਇਹਦੇ 'ਚ ਤਰਕ ਹੈਗਾ ਕਿ ਜੇ ਨਿਗਾਰ ਆ ਰਿਹਾ ਉਹਨੇ ਐਗਜ਼ਾਮਪਲ ਭਾਵੇਂ ਦਿੱਲੀ ਦੇ ਲਾ ਐਂਡ ਆਰਡਰ ਵਾਲੀ ਪੁਲਿਸ ਵਾਲੀ ਦਿੱਤੀ ਹੈ ਪਰ ਉਹਦੇ ਪਿੱਛੇ ਜਿਹੜੀ ਹੋਰ ਲਿੰਚਿੰਗ ਹੋ ਰਹੀ ਹੈ ਦੇਸ਼ ਦੇ ਵਿੱਚ ਲਾ ਐਂਡ ਆਰਡਰ ਹੋ ਰਿਹਾ ਹੁਣ ਤੱਕ ਜੋ ਵੀ ਹੋਇਆ ਡੀਮੋਨੇਟਾਈਜੇਸ਼ਨ ਹੋਈ ਹੈ ਜਾਂ ਜਿਹੜੇ ਵਪਾਰ ਬੰਦ ਬੜੀ ਇੰਪੋਰਟੈਂਟ ਗੱਲ ਸਾਰੀਆਂ ਗੱਲਾਂ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਉਹਨਾਂ ਦੇ ਖਿਲਾਫ ਇਕੱਠੇ ਹੋਈ ਇਹਦਾ ਮਤਲਬ ਕੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਕਵਰ ਹੁੰਦੀਆਂ ਆਪਾਂ ਇਕੱਲਾ ਇਹ ਨਾ ਸੋਚਿਓ ਕਿ ਉਹਨੂੰ ਵਕੀਲਾਂ ਬਾਰੇ ਗੱਲ ਕੀਤੀ ਹੈ ਇਹਦੇ ਬਾਰੇ ਸਾਰੇ ਮਤਲਬ ਦੇਸ਼ ਦੀ ਜੋ ਨਿੱਗਰ ਦੀ ਹਾਲਤ ਹੈ ਉਹਦੇ 'ਤੇ ਕਮੈਂਟ ਹੈਗਾ ਔਰ ਇਹ ਪਰਟੀਕੁਲਰਲੀ ਉਹਨਾਂ ਦੇ ਜਿਹੜੇ ਭਾਈਵਾਲ ਨੇ ਬੀਜੇਪੀ ਦੇ ਉੱਤੇ ਬਹੁਤ ਵੱਡਾ ਇੱਕ ਕਮੈਂਟ ਹੈਗਾ ਆ ਰਿਪਲ ਬੇਟਾ ਸਾਹਿਬ ਡਾਕਟਰ ਮਨਮੋਹਨ ਸਿੰਘ ਹਰਾਂ ਦੀ ਗੱਲ ਦੇ ਉੱਤੇ ਕੀ ਹੁਣ ਸਰਕਾਰ ਅਮਲ ਕਰੇਗੀ ਦੇਖੋ ਗੱਲ ਇਹ ਹੈ ਕਿ ਇਹ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਗੱਲ ਕਹੀ ਹੈ ਕਿ ਦੇਸ਼ ਨਿਗਾਰ ਵੱਲ ਜਾ ਰਿਹਾ ਜੇ ਉਹੀ ਗੱਲ ਹੈ ਜਿਹੜੀ ਉਹੀ ਗੱਲ ਜਿਹੜੇ ਡਾਕਟਰ ਮਨਮੋਹਨ ਸਿੰਘ ਕਹਿ ਰਹੇ ਨੇ ਕਿ ਵਾਕਿਆ ਹੀ ਜਿਹੜਾ ਇਹ ਜਿਹੜੀ ਸਥਿਤੀ ਹੈ ਇਹ ਜਿਹੜੀ ਬਹੁਤ ਮਾੜੀ ਹੁੰਦੀ ਜਾ ਰਹੀ ਹੈ ਜਿਹੜਾ ਪੰਜਾਬ ਹੈ ਯਾਨੀ ਕਿ ਪੰਜਾਬ ਵੀ ਨਿਗਾਰ ਵੱਲ ਜਾ ਰਿਹਾ ਹੈ ਇਹ ਐਡਮਿਟ ਕਰਦੇ ਪਏ ਹੋ ਡਾਕਟਰ ਮਨਮੋਹਨ ਸਿੰਘ ਜੋ ਕਹਿ ਰਹੇ ਪੰਜਾਬ ਵੀ ਜਿਹੜਾ ਹੈ ਇਸੇ ਭਾਰਤ ਦਾ ਹਿੱਸਾ ਹੈ ਔਰ ਜਿਹੜੀ ਹੈ ਜਿਹੜੀਆਂ ਹਵਾਵਾਂ ਨੇ ਉਹ ਜਿਹੜੀਆਂ ਗੰਦਲੀਆਂ ਹਵਾਵਾਂ ਹੈ ਉਹ ਜਿੱਥੋਂ ਵੀ ਚੱਲਦੀਆਂ ਉਹ ਪੰਜਾਬ ਦੇ ਵਿੱਚ ਵੀ ਉਹ ਹਵਾਵਾਂ ਆਉਂਦੀਆਂ ਨੇ ਔਰ ਇਹ ਜਿਹੜਾ ਸਾਰਾ ਜਿਹੜਾ ਸਿਸਟਮ ਹੈ ਇਹ ਦੂਸ਼ਿਤ ਹੋ ਚੁੱਕਿਆ ਔਰ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਔਰ ਜਿਹੜੇ ਆ ਸਰਕਾਰ ਜਿਹੜੀ ਹੈ ਇਹ ਜਿੰਨੀ ਵੀ ਇਸ ਨੂੰ ਸ਼ੁੱਧ ਕਰ ਸਕੇ ਉਹ ਕਰਨ 'ਤੇ ਲੱਗੀ ਹੋਈ ਹੈ ਕਿੰਨੀ ਕਾਮਯਾਬ ਹੁੰਦੀ ਹੈ ਇਹ ਪੰਜਾਬ ਦੇ ਲੋਕਾਂ ਨੇ ਦੱਸਿਆ ਅਰਸ਼ਦ ਸਿੰਘ ਕਲੇਅਰ ਮੈਂ ਲੱਗਦਾ ਦੋਨੋਂ ਵੱਡੇ ਲੀਡਰ ਹੈ ਦੋਨੋਂ ਆਪਣੇ ਆਪਣੇ ਖਿੱਤੇ ਦੇ ਵਿੱਚ ਜੋ ਉਹਨਾਂ ਨੇ ਕਾਮਯਾਬੀਆਂ ਹਾਸਲ ਕੀਤੀਆਂ ਹੈਗੀਆਂ ਮੈਂ ਉਹਦਿਆਂ ਦੀ ਗੱਲ ਨਹੀਂ ਕਰਦਾ ਕਿ ਇੰਨਾ ਲੰਬਾ ਤਜਰਬਾ ਇਹਨਾਂ ਦਾ ਹੈਗਾ ਕਲੇਅਰ ਸਾਹਿਬ ਹੁਣ ਮੈਨੂੰ ਲੱਗਦਾ ਦੋਨੋਂ ਪਾਰਟੀਆਂ ਨੂੰ ਮੰਥਨ ਕਰਨਾ ਚਾਹੀਦਾ ਤੁਹਾਨੂੰ ਕਿਉਂਕਿ ਪੰਜਾਬ ਦੀਆਂ ਦੋ ਮੇਜਰ ਪਾਰਟੀਆਂ ਹੈਗੀਆਂ ਕੇਪੀ ਜੀ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਜੋ ਮੌਜੂਦਾ ਹਾਲਾਤ ਨੇ ਚਾਹੇ ਉਹ ਪੰਜਾਬ ਦੇ ਨੇ ਜਾਂ ਉਹ ਹੈ ਸੰਵੇਦਨਸ਼ੀਲਤਾ ਪੋਲੀਟੀਸ਼ੀਅਨਾਂ ਨੂੰ ਹੋਣਾ ਹੀ ਪਊਗਾ ਅਗਰ ਡਾਕਟਰ ਮਨਮੋਹਨ ਸਿੰਘ ਜੀ ਪੰਜਾਬ ਦੇ ਹਾਲਾਤਾਂ 'ਤੇ ਕੋਈ ਇਸ਼ਾਰਾ ਕਰ ਰਹੇ ਨੇ ਜਾਂ ਤੁਸੀਂ ਕਹਿੰਦੇ ਹੋ ਕਿ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਕਿ ਦੇਸ਼ ਨਿਗਾਰ ਵੱਲ ਜਾ ਰਿਹਾ ਹੈ ਜਾਂ ਜੋ ਯੂਥ ਦੀ ਗੱਲ ਉਹਨਾਂ ਨੇ ਛੇੜੀ ਕਿ ਯੂਥ ਬਾਹਰ ਨੂੰ ਭੱਜ ਰਿਹਾ ਸੋ ਕਿਤੇ ਨਾ ਕਿਤੇ ਇਹ ਜਿਹੜੇ ਵਿਸ਼ੇ ਨੇ ਇਹਨਾਂ ਦੇ ਬਾਰੇ ਸੋਚਣ ਦੀ ਲੋੜ ਹੈ ਔਰ ਮੈਂ ਸਵਾਗਤ ਕਰਦਾ ਕਿ ਅੱਜ ਦੇ ਇਜਲਾਸ ਦੇ ਵਿੱਚ ਕਿਤੇ ਨਾ ਕਿਤੇ ਇੱਕ ਇਕੱਠੇ ਹੋ ਕੇ ਇਹਨਾਂ ਦਾ ਹੱਲ ਲੱਭਣ ਦੀ ਕਿਰਨ ਦਿਖਾਈ ਦਿੱਤੀ ਔਰ ਜਿਸ ਤਰ੍ਹਾਂ ਦੀ ਭਾਸ਼ਾ ਮਰਿਆਦਾ ਜਿਵੇਂ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ ਕਿ ਅੱਜ ਸਦਨ ਦੇ ਵਿੱਚ ਦੇਖਣ ਨੂੰ ਮਿਲੀ ਇਹ ਵਾਕਈ ਕਾਬਲੇ ਤਾਰੀਫ ਸੀਗੀ ਸੋ ਅਗਰ ਸਿਆਸਤ ਤੋਂ ਉੱਪਰ ਉੱਠ ਕੇ ਅਗਰ ਦਿਲਾਂ ਦੀਆਂ ਗੱਲਾਂ ਉੱਥੇ ਹੋਈਆਂ ਅਤੇ ਦਿਲਾਂ ਦੀਆਂ ਗੱਲਾਂ ਅੱਗੇ ਇਹਨਾਂ ਨੂੰ ਬੂਰ ਪਵੇ ਤਾਂ ਇਸ ਦਾ ਬੜਾ ਵੱਡਾ ਸਵਾਗਤ ਹੋਏਗਾ ਔਰ ਪੰਜਾਬ ਨੂੰ ਬੜਾ ਵੱਡਾ ਫਾਇਦਾ ਹੋਏਗਾ ਆਉਣ ਵਾਲੇ ਦਿਨ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਪੰਜਾਬ ਨੂੰ ਬੜਾ ਵੱਡਾ ਫਾਇਦਾ ਹੋਊਗਾ ਮੇਰਾ ਸਵਾਲ ਇਹ ਹੈਗਾ ਕਿ ਪੰਜਾਬ ਦਾ ਯੂਥ ਆ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਵੀ ਇਸ ਭਾਸ਼ਾ ਨੂੰ ਸੁਣੂਗਾ ਚਾਹੇ ਉਹਨੇ ਚਾਹੇ ਸੁਣਿਆ ਹੋਵੇ ਚਾਹੇ ਹੋ ਸਕਦਾ ਬਾਅਦ ਵਿੱਚ ਰਿਕਾਰਡਿੰਗ ਦੇਖਦਾ ਪਿਆ ਹੋਵੇ ਸਵਾਲ ਇਹ ਹੈਗਾ ਉਹਨਾਂ 'ਤੇ ਕਿੰਨਾ ਅਸਰ ਹੋਊਗਾ ਇਹ ਲੀਡਰ ਤਾਂ ਪਹਿਲਾਂ ਵੀ ਦਾਅਵੇ ਕਰਦੇ ਰਹੇ ਪਹਿਲਾਂ ਵੀ ਵਾਅਦੇ ਕਰਦੇ ਰਹੇ ਦੇਖੋ ਮੈਨੂੰ ਜਿਹੜੀ ਸਭ ਤੋਂ ਚੰਗੀ ਗੱਲ ਲੱਗੀ ਹੈ ਕਿ ਕਿਤੇ ਨਾ ਕਿਤੇ ਸਾਰੇ ਲੀਡਰਾਂ ਦਾ ਜਿੰਨੀ ਮਰਜ਼ੀ ਆਪਾਂ ਉਹਨਾਂ ਦੀ ਬਦਨਾਮੀ ਮੈਂ ਵੀ ਕਈ ਵਾਰੀ ਬੜਾ ਗੁੱਸੇ 'ਚ ਬੋਲ ਦਿੰਦਾ ਉਹਨਾਂ ਦੇ ਜਿਸ ਤਰ੍ਹਾਂ ਕੈਪਟਨ ਸਾਹਿਬ ਦਾ ਇਹ ਬਿਆਨ ISI ਬਾਰੇ ਆਇਆ ਸੀ ਅਤੇ ਮੈਨੂੰ ਬੜਾ ਇਸ ਗੱਲ ਦਾ ਗੁੱਸਾ ਆਇਆ ਸੀ ਕਿ ਇਸ ਮੌਕੇ ਦੇ ਉੱਤੇ ਤੁਸੀਂ ਇਹੋ ਜਿਹੇ ਬਿਆਨ ਕਿਉਂ ਦਿੰਦੇ ਤਾਂ ਹੁਣ ਜਿਹੜਾ ਅੱਜ ਦਾ ਮਾਹੌਲ ਸੀ ਜਿਹੜਾ ਅਸੈਂਬਲੀ ਦੇ ਅੰਦਰ ਉਹ ਇੱਕ ਬੜਾ ਸਰੀਨ ਜਿਹਨੂੰ ਇੰਝ ਕਹਿ ਦਿੰਦੇ ਹਾਂ ਸੈਕਰੋਸੈਂਕਟ ਜਿਹਦੇ ਵਿੱਚ ਪਵਿੱਤਰਤਾ ਸੀਗੀ
जिदे च कारण उहदे मैं फिर कहिंदा पता नहीं गुरु नानक देव जी की श्रद्धा चो सी जां रब दे डर तों सी जी कि अज भी असी झूठ बोले तो रब वेखदा कितें ना कितें इहदा कितें खमियाजा ना भुगतना पवे डर चो सी जां एक निश्चा चो सी सीगा एक इहदा मतलब हर बंदे दे किन्ना मर्जी जिहो जिहा मर्जी होवे उहदे दिल दे अंदर कितें ना कितें ओह अशाइयां ਉਹ ਅਸਲੀਅਤ ਉਹ ਗੁਰੂ ਨਾਨਕ ਦੇਵ ਜੀ ਦੀ ਵਾਲੀ ਜਿਹੜਾ ਮਾਰਗ ਹੈਗਾ ਉਹਦੀ ਇੱਕ ਕੋਨੇ 'ਚ ਹਰ ਪੰਜਾਬੀ ਦੇ ਔਰ ਉਹ ਹਰ ਪੰਜਾਬੀ ਨੂੰ ਇਕੱਠਾ ਕਰਦਾ ਜੋੜਦਾ ਬਲ ਦਿੰਦਾ ਉਹ ਸਾਰੀਆਂ ਗੱਲਾਂ ਜੋ ਹੋਈ ਉਸੇ ਸੇਧ ਦੇ ਵਿੱਚ ਹੋਈਆਂ ਔਰ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਜਦੋਂ ਇਹ ਅਸੈਂਬਲੀ ਤੋਂ ਬਾਹਰ ਆ ਜਾਣੇ ਆ ਉਹੋ ਹੀ ਗੱਲਾਂ ਪਹਿਲੀਆਂ ਸਾਰਾ ਕੁਝ ਉਹੋ ਹੀ ਹੋ ਰਿਹਾ ਕਿਉਂ ਉਹ ਹੋਊਗਾ ਹੋਊਗਾ ਇਹੋ ਜਿਹੇ ਬਿਆਨ ਆ ਗਏ ਆ ਉਹ ਹੋਊਗਾ ਉਹਦਾ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਦੀਆਂ ਗੋਡੇ ਜਿਹੜੇ ਆ ਰਹਿ ਗਏ ਆ ਦਿਲ ਦੇ ਵਿੱਚ ਕੋਈ ਉਹ ਅਸਲੀ ਗੱਲ ਨਹੀਂ ਰਹੇਗੀ ਦਿਲ 'ਚ ਜੇ ਹੈ ਵੀ ਹੈ ਤਾਂ ਇੱਕ ਜ਼ੁਰਤ ਦੇਖੋ ਜੇ ਸੱਚ ਬੋਲਣ ਦੀ ਜ਼ੁਰਤ ਨਹੀਂ ਨਾ ਜਿੰਨੇ ਮਰਜ਼ੀ ਚੰਗੀਆਂ ਗੱਲਾਂ ਕਰ ਲਓ ਉਹ ਫੋਕਸੀ ਹੁੰਦੀਆਂ ਇਸ ਕਰਕੇ ਇਹਨਾਂ 'ਚ ਹੁਣ ਜ਼ੁਰਤ ਖਤਮ ਹੋ ਗਈ ਆ ਸਵਾਰਥ ਭਾਰੂ ਹੋ ਜਾਂਦਾ ਜਿਹੜੀਆਂ ਈਵਲ ਫੋਰਸਿਸ ਆ ਜਦੋਂ ਬਾਹਰ ਆ ਜਾਂਦੀਆਂ ਉਹ ਇਹਨਾਂ ਦੇ ਉੱਤੇ ਭਾਰੂ ਹੋ ਜਾਂਦੀਆਂ ਫਿਰ ਇਹ ਉਹੀ ਕੰਮ ਕਰਦੇ ਆ ਜਿਹੜੇ ਨਹੀਂ ਕਰਨੇ ਚਾਹੀਦੇ ਪਰ ਜੇ ਅੱਜ ਵਾਲਾ ਜਿਹੜਾ ਰਿਕਾਰਡਡ ਜਿਹੜਾ ਸਾਰਾ ਕੁਝ ਹੋਇਆ ਇਹ ਇੱਕ ਮੇਰਾ ਖਿਆਲ ਹੈ ਕਿ ਅੱਜ ਦੇ ਦਿਨ ਦੀ ਜਿਹੜਾ ਅਸੈਂਬਲੀ ਦਾ ਸੈਸ਼ਨ ਹੈ ਜੇ ਹਮੇਸ਼ਾ ਸੈਸ਼ਨ ਇੰਜ ਚੱਲਣ ਤਾਂ ਪੰਜਾਬ ਦਾ ਬਹੁਤ ਭਲਾ ਹੋ ਸਕਦਾ ਅਸੀਂ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਮਾਨਿਆਂ 'ਚ ਜਿਹੜਾ 550ਵੇਂ ਪ੍ਰਕਾਸ਼ ਪੁਰਬ 'ਤੇ ਯਾਦ ਕਰਨ ਦਾ ਤਰੀਕਾ ਹੀ ਵਧਾਈ ਦੇਣੀ ਚਾਹੀਦੀ ਹੈ ਨਾ ਸਾਰੇ ਮੈਂਬਰਾਂ ਨੂੰ ਵਧਾਈ ਦੇਣੀ ਚਾਹੀਦੀ ਮੈਂ ਬਿਲਕੁਲ ਵਧਾਈ ਦਿੰਦਾ ਖਾਸ ਕਰ ਜਿਹੜਾ ਦੇਖੋ ਇਹਨਾਂ ਨੇ ਸੁਮੇਲ ਕੀਤਾ ਹਰਿਆਣੇ ਪੰਜਾਬ ਦਾ ਛੋਟੀ ਗੱਲ ਨਹੀਂ ਹੈ ਔਰ ਇਹ ਕਿਹਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਉਹਦਾ ਮਤਲਬ ਅਸੀਂ ਹਾਂ ਸਭ ਇਨਸਾਨ ਔਰ ਇਹ ਵੀ ਇੱਕ ਕਟਾਸ਼ ਹੈ ਜੋ ਦੇਸ਼ ਦੇ ਅੰਦਰ ਸਾਰਾ ਕੁਝ ਨਫ਼ਰਤ ਦੀ ਭਾਵਨਾ ਚੱਲ ਰਹੀ ਆ ਹਵਾ ਚੱਲ ਰਹੀ ਆ ਬੜਾ ਹਨੇਰੀ ਚੱਲ ਰਹੀ ਆ ਹਵਾ ਨਹੀਂ ਉਸ ਦੇ ਉੱਤੇ ਕਟਾਸ਼ ਹੈਗਾ ਇਹਦਾ ਮਤਲਬ ਮੈਨੂੰ ਇਹ ਸਭ ਤੋਂ ਬਹੁਤ ਚੰਗਾ ਇਹ ਲੱਗਾ ਬਾਦਲ ਜੀ ਵੱਲੋਂ ਵੀ ਸਾਰਿਆਂ ਵੱਲੋਂ ਔਰ ਈਵਨ ਮਨਕਈਆ ਜੀ ਵੀ ਆਏ ਹੋਰ ਸਾਰਿਆ ਉਹ ਇੱਕ ਪਹਿਲੀ ਵਾਰ ਡਿਬੇਟ 'ਚ ਬਾਦਲ ਜੀ ਸ਼ਬਦ ਬੋਲਿਆ ਮੈਨੂੰ ਇਹ ਵੀ ਚੰਗਾ ਲੱਗਾ ਨਹੀਂ 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 ਠੀਕ ਹੈ ਨਹੀਂ ਸਾਨੂੰ ਚੰਗਾ ਲੱਗਾ ਔਰ ਜੇ ਇਸ ਤਰ੍ਹਾਂ ਕੰਮ ਵੀ ਕਰਮ ਬੇਂਜ ਹੋ ਜਾਣ ਜਿਸ ਤਰ੍ਹਾਂ ਇਹ ਕਰ ਜੋ ਅੱਜ ਗੱਲਾਂ ਹੋਈਆਂ ਪੰਜਾਬ ਕਿਤੇ ਨਾ ਕਿਤੇ ਪਹੁੰਚੂ ਇਹਨੂੰ ਕੋਈ ਦੁਨੀਆ ਦੇ ਵਿੱਚ ਤਾਕਤ ਜਿਹੜੀ ਆ ਚੁਣੌਤੀ ਨਹੀਂ ਦੇ ਸਕਦੀ ਚਲੋ ਅੱਜ ਦੋਨੋਂ ਲੀਡਰਾਂ ਨੇ ਇੱਕ ਦੂਜੇ ਨੂੰ ਚੰਗੀਆਂ ਨਜ਼ਰਾਂ ਨਾਲ ਵੀ ਦੇਖਿਆ ਹੈਗਾ ਸਦਨ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਤਸਵੀਰਾਂ ਦੇਖੀਆਂ ਹੈਗੀਆਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਵਾਪਸ ਆਵਾਂ ਕਿ ਮੀਡੀਆ ਹਮੇਸ਼ਾ ਇਹ ਕੋਸ਼ਿਸ਼ ਕਰਦਾ ਰਹਿੰਦਾ ਹੈਗਾ ਕਿ ਕੋਈ ਮਸਾਲਾ ਖਬਰ ਲੱਭੇ ਤਾਂ ਫਿਰ ਉਹਦੇ 'ਤੇ ਮੁੱਦਾ ਬਣਾਇਆ ਜਾਵੇ ਅਤੇ ਉਹਦੇ 'ਤੇ ਸਵਾਲ ਜਵਾਬ ਕੀਤੇ ਜਾਣ ਅੱਜ ਉੱਥੇ ਕੁਝ ਹਿੱਸਾ ਚਰਚਾ ਵੀ ਕਰਦਾ ਪਿਆ ਸੀ ਕਿ ਉਹ ਖਬਰ ਨਹੀਂ ਮਿਲ ਰਹੀ ਹੈ ਕਿ ਪਰ ਇਹ ਖਬਰ ਬਹੁਤ ਵੱਡੀ ਹੈਗੀ ਹੈ ਜਦੋਂ ਇਜਲਾਸ ਦੇ ਵਿੱਚ ਇਹੋ ਜਿਹੇ ਮੌਕੇ ਆਉਂਦੇ ਹੈਗੇ ਜੋ ਦਿਲ ਦੀ ਗੱਲ ਹੋਵੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਇਸ ਤੋਂ ਵੱਡੀ ਖਬਰ ਕੋਈ ਨਹੀਂ ਹੋ ਸਕਦੀ ਇਸ ਕਰਕੇ ਹੀ ਸਵਾਲ ਪੁੱਛ ਰਹੇ ਹਾਂ ਇਜਲਾਸ ਨੇ ਕਿਹੜਾ ਇਤਿਹਾਸ ਸਿਰਜਿਆ ਅਤੇ ਜਦੋਂ ਵਾਪਸ ਆਵਾਂਗੇ ਸਵਾਲ ਉਸ ਮਾਂ ਬੋਲੀ ਦਾ ਵੀ ਕਰਾਂਗੇ ਜਿਸ ਮਾਂ ਬੋਲੀ ਦੇ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਗੱਲ ਕਰਦੇ ਹੈਗੇ ਆ ਬਾਬਾ ਸ਼ੇਖ ਫਰੀਦ ਗੱਲ ਕਰਦੇ ਹੈਗੇ ਆ ਉਹਨਾਂ ਦਾ ਜ਼ਿਕਰ ਇਸ ਸਦਨ ਦੇ ਵਿੱਚ ਹੁੰਦਾ ਹੈਗਾ ਪਰ ਪੰਜਾਬੀ ਬੋਲੀ ਦੇ ਲਈ ਅਸੀਂ ਕਿੰਨੇ ਇਕੱਠੇ ਹੈਗੇ ਆ ਉਸ ਪੰਜਾਬੀ ਬੋਲੀ ਦੇ ਲਈ ਮਾਂ ਬੋਲੀ ਦੇ ਲਈ ਅਤੇ ਨਾਲ ਉਸ ਪੰਜਾਬ ਦੇ ਲਈ ਜਿਹੜੇ ਪੰਜਾਬ ਦੀ ਦਵਾ ਸਾਰੇ ਪੰਜਾਬੀ ਵਾਰ ਵਾਰ ਮੰਗਦੇ ਹੈਗੇ ਆ ਉਸ ਪੰਜਾਬ ਦੀ ਤਸਵੀਰ ਕਿੰਨੀ ਨਜ਼ਰ ਆਉਂਦੀ ਹੈ ਮੇਰੇ ਤੋਂ ਵਾਪਸ ਆ ਕੇ ਇਹ ਸਵਾਲ ਮਿਸਟਰ ਬੈਂਸ ਨੂੰ ਕਰੂੰਗਾ ਸਵਾਲ ਇੱਕੋ ਪੁੱਛ ਰਹੇ ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸੱਦੇ ਖਾਸ ਇਜਲਾਸ ਨੂੰ ਕੌਣ ਕਿੰਨਾ ਯਾਦ ਰੱਖੇਗਾ ਬੈਂਸ ਸਾਹਿਬ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ ਕਿ ਜਦੋਂ ਜ਼ਿਕਰ ਸਦਨ ਦੇ ਵਿੱਚ ਬਾਬਾ ਸ਼ੇਖ ਫਰੀਦ ਦਾ ਹੋਵੇ ਉਦੋਂ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਆਪਣੇ ਆਪ ਵਿੱਚ ਹੋ ਜਾਂਦਾ ਹੈਗਾ ਅਤੇ ਹਾਲਾਂਕਿ ਹੋ ਸਕਦਾ ਕਿ ਇਸ ਨੂੰ ਜ਼ਿਆਦਾ ਵੱਡਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਹੈਗਾ ਪਰ ਵਾਰ ਵਾਰ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਉੱਠਦੇ ਹੈਗੇ ਆ ਕਿ ਉਹ ਅੰਗਰੇਜ਼ੀ ਨੂੰ ਤਰਜੀਹ ਦੇ ਰਹੇ ਹੈਗੇ ਆ ਇਹ ਵੀ ਮੰਨਣਯੋਗ ਹੈਗਾ ਉੱਥੇ ਵੀ ਗੱਲ ਹੋਈ ਸੀ ਕਿ ਜੇ ਅਸੀਂ ਅੱਗੇ ਵਧਣਾ ਹੈਗਾ ਅੰਗਰੇਜ਼ੀ ਵੀ ਸਾਨੂੰ ਆਉਣੀ ਚਾਹੀਦੀ ਹੈਗੀ ਆ ਪਰ ਜਦੋਂ ਸਦਨ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਦੇ ਹਾਂ ਉਦੋਂ ਪੰਜਾਬੀ ਦਾ ਜ਼ਿਕਰ ਹੋਣਾ ਲਾਜ਼ਮੀ ਹੈ ਸਵਾਲ ਉੱਠ ਰਹੇ ਸੀ ਨਹੀਂ ਦੇਖੋ ਸਵਾਲ ਭਾਵੇਂ ਉੱਠੇ ਆ ਪਰ ਅੱਜ ਮੈਂ ਜੋ ਮਹਿਸੂਸ ਕੀਤਾ ਉੱਥੇ ਕਿ ਸਾਰੀ ਕਾਰਵਾਈ ਤਕਰੀਬਨ ਪੰਜਾਬੀ 'ਚ ਹੋਈ ਹੈ ਜੇ ਕਿਸੇ ਨੂੰ ਜੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇੰਗਲਿਸ਼ ਦਾ ਉਹਨਾਂ ਕੋਲ ਮਤਾ ਆ ਗਿਆ ਅਤੇ ਉਹਨਾਂ ਨੇ ਇੰਗਲਿਸ਼ 'ਚ ਪੜ੍ਹਿਆ ਉਹ ਇੱਕ ਉਹਨਾਂ ਦੇ ਸਟਾਫ ਦੀ ਗਲਤੀ ਹੈ ਕਿ ਉਹਨਾਂ ਨੂੰ ਪੰਜਾਬੀ ਦਾ ਨਹੀਂ ਦਿੱਤਾ ਹਾਲਾਂਕਿ ਉਹਨਾਂ ਨੇ ਮਤਾ ਪੜ੍ਹਨ ਤੋਂ ਪਹਿਲਾਂ ਗੱਲ ਕਹੀ ਵੀ ਹੈ ਅਦਰਵਾਈਜ਼ ਜਿਹੜੇ ਉੱਥੇ ਈਵਨ ਜਿਹੜੇ ਉਪ ਰਾਸ਼ਟਰਪਤੀ ਉਹਨਾਂ ਨੇ ਵੀ ਜਿਹੜਾ ਆ ਉਹ ਪੰਜਾਬੀ ਵਿੱਚ ਨੂੰ ਬੋਲਣ ਦੀ ਕੋਸ਼ਿਸ਼ ਕੀਤੀ ਹੈ ਔਰ ਜਦੋਂ ਡਾਕਟਰ ਮਨਮੋਹਨ ਸਿੰਘ ਆਇਆ ਖਾਸ ਤੌਰ 'ਤੇ ਉਦੋਂ ਕਿਸੇ MLA ਨੇ ਬੋਲੇ ਸੋਨੇਹਾਲ ਦਾ ਜੈਕਾਰਾ ਬੁਲਾਇਆ ਉੱਥੇ ਉਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਮੇਰਾ ਖਿਆਲ ਦਰਸ਼ਕ ਨਹੀਂ ਦੇਖ ਸਕੇਗੇ ਉੱਥੇ ਪੰਜ ਪਿਆਰੇ ਬਣਾਏ ਗਏ ਸੀ ਉਹਨਾਂ ਨੇ ਉਹ ਪੰਜ ਪਿਆਰੇ ਗਲਿਆਂ ਦੇ ਵਿੱਚ ਉਹ ਆਪਣਾ ਸੁਰਪਾ ਸਾਹਿਬ ਪਾ ਕੇ ਜਿਹੜੇ ਆ ਉਹ ਉੱਥੇ ਸਦਨ 'ਚ ਪੰਜ MLA ਜਿਹੜੇ ਆ ਉਹ ਮੌਜੂਦ ਰਹੇ ਆ ਉੱਥੇ ਖੜ੍ਹੇ ਰਹੇ ਆ ਔਰ ਇਹ ਬਹੁਤ ਵਧੀਆ ਅੱਜ ਦੀ ਕਾਰਵਾਈ ਜਿਵੇਂ ਡਾਕਟਰ ਮਨਜੀਤ ਸਿੰਘ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਹੀ ਜਿਹੜਾ ਪਹਿਲਾ ਸੈਸ਼ਨ ਸੀ ਮੋਰਨਿੰਗ ਵਾਲਾ ਉਹ ਬੜੀ ਸ਼ਰਧਾ ਨਾਲ ਹੋਇਆ ਔਰ ਸਾਰੇ ਹਰਿਆਣਾ ਪੰਜਾਬ ਦੇ ਜਿਹੜਾ ਪਹਿਲੀ ਵਾਰੀ 1966 ਤੋਂ ਬਾਅਦ ਇਕੱਠੇ ਹੋਏ MLA
वो एक सद्भावना का संदेश जोड़ा वो नैचुरली बाबा नानक का जो दिता से हो गया उ सारे ने अपनी अपनी गल् दिल दियाँ कीतियाँ। डॉक्टर मनमोहन सिंह जी मैं खास तौर पर बार बार जिक्र इस करके कर रहा हाँ कि उन्होंने अपनी स्पीच के बहुत कुछ गल्ला इदा दीतियाँ जीडिया कि शायद उन्होंने आवाज़ करके या किसी होर कारण करके बहुत नोटिस भी नहीं की गई। उन्होंने फिरका प्रस्ती के उत्ते बहुत बड़ा एक उन्होंने बयान दिता कि जी फिरका प्रस्ती है वह इन्नी खतरनाक लैवल से पहुँच गई है कि जी धर्म की कट्टरता हैगी बहुत ज़्यादा खतरनाक है देश के वास्ते। सो वो चीज़ा जीडिया सारिया एक संदेश ही सगा उन्होंने बाबा नानक का जो संदेश उ कि बाबा नानक जो चाहते थे असी उदा का समाज नहीं सिर सके। 550 साल बाद भी हाले राणा के पी सिंह ने भी यह गल की जो स्पीकर ने कि 550 साल भी अच्छा सोचना पै रहा कि असी औरत को बनता हुआ दर्जा जोड़ा वो दे रहे हैं समाज के। सो य सारिया गल् जो हुई हैं उन्होंने कि अमल करते हैं उन्होंने तुम याद आना इन्होंने भी कहा उपराष्ट्रपति ने कि असी अज ये शब्द लिए कि जो जिन्हें साढ़े विधायक है एम पी है वो सारे जोड़े आ गुरु नानक देव जी सिक्ख्यावान उत्ते अमल कर। सो ये सारिया गल् उत्थे हुई हैं हुण किन्ना अमल करते बाद तुसीं देखा होना जो सदन तो बाद इमीडिएटली जिहड़े आ बहुत सारे एम पी चीफ मिनिस्टर होर तरह की भाषा जिहड़े बोलन लग गए जिवें पाकिस्तान के उत्ते खास तौर पर अज लांघा एक पासे असीं इहदा स्वागत कर रहे हैं लांघे बारे। और देखो सदन के विच मैं अज फिर यह गल कहना है कि असी भावें जिन्ना मर्जी माड़ा कही जाइए इमरान खान जिहड़े प्राइम मिनिस्टर ने पाकिस्तान के उन्होंने एक बहुत वड्डी कंट्रीब्यूशन है ये उहदा जिक्र भी जिहड़ा विधानसभा दे विच होना चाहिए सीगा। हालांकि उत्थे बाद च इदां दी गल्लां कीतियां गईआं कि पाकिस्तान जिहड़ा आ उह सिखां नूं लालच दे के गुमराह कर रहा आ कर रहा इह गल्लां नहीं करनियां चाहीदियां। वेंकैया नायडू जो बोल रहे थे उन्होंने कोरीडोर नूं पीस कोरीडोर वजो वरत्या हैगा शब्द। हाँ ये गल उन्होंने भी कही है और ये गल डॉक्टर मनमोहन सिंह ने भी शायद मेरा कही है कि ये कल अज जो रस्ता कोरीडोर खुल रहा है हो सकता कल बॉर्डर भी जोड़े पाकिस्तान ते इंडिया के खुल जाए और साडे जिहड़े दिल जिहड़े आ वड्डे होने चाहिए। रसमनजीत सिंह कोरीडोर के मामले तो बहुत सियासत हुई है पर जिस तरीके उपराष्ट्रपति ने अपने संबोधन में कोरीडोर का जिक्र किया है डॉक्टर मनमोहन सिंह जिम्मे दस रहे जिक्र किया है इसका मतलब कितने ना कितने इन्होंने सियासतदान दिलों में यह गल हैगी है कि पीस कोरीडोर बन सकता है दिल तो गल हैगी है पर सियासत मजबूर कर दी है सियासत कुछ होर पाती है। देखो जे दो भरा आपस में लड़ते रहेंगे तो जो बाहर वाले आ कमजोर भी कर देंगे तो तमाशा भी देखेंगे बेवकूफ भी समझेंगे। साडा पाकिस्तान नाल दुश्मनी लगातार बनाई रखने का सानू की फायदा मैनू दसो कोई किसी किस्म का फायदा नहीं। हर हालत जे दोस्ती जिनी भी शांति बॉर्डर ते रह सकती है वह दोहां ही देशों लई बहुत चंगा एक मौका हैगा नहीं तो चीन ने उत्थे तक अंदर तक सारिया सड़कां बना लिया BRI जिहड़ा आ बेल्ट एंड रोड इनिशिएटिव वो जाके तो ईरान दीआं बंदरगाहां तक सड़क सारी अगे उधर नूं लिजा रहे ट्रेड लई असीं इत्थे एक दूजे दे विरोध खून पीण लई दुश्मन बने रहिंदे ये बिल्कुल बहुत चंगा इनिशिएटिव है। इस करके जदों भी कोई इमरान खान जां पाकिस्तान दे बारे ये जी बेकरतूते आ ये ते जी कदी सुधर नहीं सकदे ये ते जी इहो जिहीआं गल्लां बड़ियां ही बचगाना गल्लां इह छड्ड देणियां चाहीदियां। जे कोई गलती करदा तो उहदे ते पर्दा पाउणा चाहीदा ना कि गलतियां लभ लभ के रोज़ कोसना चाहिदा उहदे नाल साडा बैड ब्लड क्रिएट हुंदा और दोवां ही देशां दा नुकसान आ जनता दा आवाम दा नुकसान हैगा। और मैं बैंस साहब दी इस गल नाल बिल्कुल सहमत हैगा आ कि इस गल दे विच जरूर इमरान खान या पाकिस्तान की गौरमेंट की तारीफ करनी चाहिए सी वो पीस कोरीडोर की जिहड़ी गल करदे आ उहदे विच वो थले संगमरमर बन के जां मखमली चादर बन के जां उहदा कारपेट बन के उन्हें कम करना सीगा जे तुसीं इह कीता हुंदा। देखो आफ्टरऑल उन्होंने उन्होंने गुरु नहीं हैगे साडे गुरु आ ते जे उन्होंने 43 एकड़ दे विच संगमरमर ला के सरोवर ला के बत्तियां ला के वो मुसलमान वर्कर होणगे ये किड्डा वड्डा एकता दा किड्डा वड्डा स्नेहा है। थोड़ा तुहाडी गल थोड़ा सुधारना चाहुंदा जगत गुरु हैगे जगत गुरु हैगे इसे करके फिर इन्हां नूं पाकिस्तान च बहुत ज्यादा गुरु नानक नाम लेवा है इमरान खान दी तारीफ करनी चाहीदी ते भावें एक ही लाइन कर रिपल मिटा मैं लगदा जिवें प्रसन्न मनजीत सिंह हरा ने कहा हैगा की फर्क पैंदा सी जे उत्थे तुसीं धन्नवाद कर दिंदे की फर्क पैंदा सीगा ਤੁਸੀਂ ਨਾ ਨਵਜੋਤ ਸਿੰਘ ਸਿੱਧੂ ਦਾ ਕਰੋ ਇਮਰਾਨ ਖਾਨ ਤੇ ਮਿਸਟਰ ਮੋਦੀ ਦਾ ਕਰ ਦਿੰਦੇ ਦੋ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਜਿਤਾਈ ਹੈਗੀ ਨਾ ਮਿਸਟਰ ਸਿੱਧੂ ਦਾ ਜ਼ਿਕਰ ਕਰੋ ਤੁਸੀਂ ਤੁਹਾਡੇ ਨਹੀਂ ਤੁਹਾਨੂੰ ਸਿਆਸੀ ਤੁਹਾਡੀ ਜਿਹੜੀ ਦੇਖੋ ਇਹ 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 ਗੱਲ ਜਿਹੜੀ ਹੈ ਕੋਈ ਮੁੱਕੀ ਨਹੀਂ ਹੈ ਇਹ ਗੱਲ ਅੱਜ ਕਿਉਂਕਿ ਜਿਹੜਾ ਇੱਕ ਇਜਲਾਸ ਸੀ ਇਜਲਾਸ ਦੀ ਜਿਹੜੀ ਰੂਪਰੇਖਾ ਸੀ ਰੂਪਰੇਖਾ ਦੇ ਵਿੱਚ ਬਹੁਤਾ ਜਿਹੜਾ ਕੇਂਦਰਿਤ ਪ੍ਰੋਗਰਾਮ ਸੀਗਾ ਉਹ ਇਹੀ ਸੀ ਕਿ ਹਰਿਆਣਾ ਔਰ ਜਿਹੜੇ ਪੰਜਾਬ ਦੇ MLA ਦਾ ਇਕੱਠੇ ਹੋਣਾ ਸਾਰੀਆਂ ਪਾਰਟੀਆਂ ਦਾ ਇਕੱਠੇ ਹੋਣਾ ਰੋਕ ਰਿਹਾ ਤੁਸੀਂ ਵੀ ਨਾ ਕਈ ਵਾਰ ਭਾਵਕ ਹੋ ਕੇ ਦਿਲ ਦੀ ਗੱਲ ਕਰਦੇ ਹੈਗੇ ਮੈਨੂੰ ਲੱਗਦਾ ਅੱਜ ਥੋੜੇ ਤੁਸੀਂ ਵੀ ਭਾਵਕ ਹੈ ਕਿਉਂ ਅੱਜ ਦਿਲ ਦੀ ਗੱਲ ਕਰ ਦੋ ਨਾ ਜੇ ਉੱਥੋਂ ਤੁਸੀਂ ਇਹੋ ਜਿਹਾ ਸੁਨੇਹਾ ਦਿੰਦੇ ਉਧਰਲੇ ਪੰਜਾਬ ਨੂੰ ਆਸ ਬਾਜਦੀ ਵੀ ਹਾਂ
ਅਸੀਂ ਦਿਲੋਂ ਇਕੱਠੇ ਹੈ ਕਿ ਇੱਕ ਸੁਨੇਹਾ ਜਾਂਦਾ ਬਿਲਕੁਲ ਦਿੱਤਾ ਜਾਏਗਾ ਜਿਹੜੇ ਆ ਉੱਥੇ ਸਮਾਗਮ ਹੋ ਰਹੇ ਨੇ ਉਹਨਾਂ ਸਮਾਗਮਾਂ ਦੇ ਵਿੱਚੋਂ ਸੁਨੇਹਾ ਦਿੱਤਾ ਜਾਏਗਾ। ਕਲੀਅਰ ਸਾਹਿਬ ਤੁਹਾਨੂੰ ਲੱਗਦਾ ਮਿਸ ਹੋਇਆ ਹੈ ਜਾਂ ਨਹੀਂ? ਦੇਖੋ ਕੇ ਪੀ ਜੀ, ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਕਿ ਅਗਰ ਇਹ ਕੋਰੀਡੋਰ ਬਣਿਆ ਤਾਂ ਦੋਨੋਂ ਸਰਕਾਰਾਂ ਨੂੰ ਬਰਾਬਰ ਦਾ ਇਸ ਵਧਾਈ ਦੇ ਪਾਤਰ ਨੇ, ਚਾਹੇ ਉਹ ਇਮਰਾਨ ਖਾਨ ਸਾਹਿਬ ਦੀ ਸਰਕਾਰ, ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਇਨੀਸ਼ੀਏਟਿਵ ਲਿਆ, ਅਤੇ ਮੋਦੀ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਉਹਨੂੰ ਰੈਸੀਪ੍ਰੋਕੇਟ ਕੀਤਾ, ਕਿਉਂਕਿ ਅਗਰ ਦੋਨੋਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਕੋਰੀਡੋਰ ਨਹੀਂ ਬਣ ਸਕਦਾ ਸੀਗਾ। ਸੋ ਕਿਤੇ ਨਾ ਕਿਤੇ ਆਪਾਂ ਇਹ ਗੱਲ ਨੂੰ ਜ਼ਰੂਰ ਆਪਾਂ ਨੂੰ ਇਹ ਕਹਿਣੀ ਚਾਹੀਦੀ ਕਿ ਇਮਰਾਨ ਖਾਨ ਸਾਹਿਬ ਦਾ ਵੀ ਓਡਾ ਹੀ ਵੱਡਾ ਧੰਨਵਾਦ ਹੈ ਅਤੇ ਮੋਦੀ ਸਾਹਿਬ ਦਾ ਵੀ ਧੰਨਵਾਦ। ਮੈਨੂੰ ਲੱਗਦਾ ਤੁਹਾਨੂੰ ਵੀ ਉੱਥੇ ਇਹ ਗੱਲ ਕਹਿਣੀ ਚਾਹੀਦੀ ਸੀਗੀ। ਨਹੀਂ, ਮੈਂ ਤੁਹਾਡੇ ਮਾਧਿਅਮ ਨਾਲ ਕਹਿ ਰਿਹਾ, ਅੱਗੇ ਵੀ ਕਿੰਨੀਆਂ ਉਸ ਦੇ ਵਿੱਚ ਕਿਹਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਜੋ ਕੀਤਾ ਉਹ ਸ਼ਲਾਘਾਯੋਗ ਕਦਮ ਹੈ ਉਹਨਾਂ ਦਾ। ਅਗਰ ਇਹ ਬਿਲਕੁਲ ਇਸ ਰਿਲੀਜੀਅਸ ਵੇ ਦੇ ਵਿੱਚ ਇਹਨੂੰ ਚੱਲੇ ਤਾਂ ਇਹਦੇ ਤੋਂ ਵੱਡਾ ਕੋਈ ਚੰਗਾ ਕੰਮ ਹੋ ਨਹੀਂ ਸਕਦਾ। ਠੀਕ ਹੈ, ਮੈਂ ਪ੍ਰਸਪ ਜੀ ਵਾਪਸ ਆ ਰਿਹਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਇਜਲਾਸ ਨੇ ਕਿਹੜਾ ਇਤਿਹਾਸ ਸਿਰਜਿਆ। ਸਵਾਲ ਬਹੁਤ ਸਾਰੇ ਉੱਠਦੇ ਹੈਗੇ ਆ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਗਤ ਕਰਨਾ ਵੀ ਪੈਂਦਾ ਹੈਗਾ। ਫੁੱਲ ਉੱਥੇ ਬੜੇ ਦਿਖਾਈ ਦੇ ਰਹੇ ਸੀਗੇ, ਉਮੀਦ ਕਰਦੇ ਹਾਂ ਫੁੱਲਾਂ ਦੀ ਮਹਿਕ ਵਾਂਗੂ ਸਦਨ ਦੇ ਵਿੱਚ ਕੀਤੇ ਵਾਅਦੇ ਆ ਉਹ ਮਹਿਕ ਵੰਡਣਗੇ, ਪਰ ਸਵਾਲ ਭਵਿੱਖ ਦੀ ਗੋਦ ਵਿੱਚ ਹੈਗੇ। ਬ੍ਰੇਕ ਤੋਂ ਵਾਪਸ ਆ ਰਿਹਾ, ਇਸ ਵਾਲੀ ਕੋਈ ਪੁੱਛ ਰਿਹਾ, 595ਵੇਂ ਪ੍ਰਕਾਸ਼ ਪੁਰਬ ਮੌਕੇ ਸੱਦੇ ਖਾਸ ਇਜਲਾਸ ਨੂੰ ਕੌਣ ਕਿੰਨਾ ਯਾਦ ਰੱਖੇਗਾ? ਪ੍ਰਸਮਨਜੀਤ ਸਿੰਘ, ਇਸ ਸਵਾਲ ਦਾ ਜਵਾਬ ਮੈਂ ਪਹਿਲਾਂ ਵੀ ਮੰਗਿਆ ਸੀ, ਹੁਣ ਫਿਰ ਮੰਗ ਰਿਹਾ ਹੈਗਾ ਆਖਰੀ ਹਿੱਸੇ ਵਿੱਚ, ਕੌਣ ਕਿੰਨਾ ਯਾਦ ਰੱਖੇਗਾ, ਕਦ ਤੱਕ ਯਾਦ ਰੱਖੇਗਾ, ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣਗੀਆਂ? ਇਹ ਬਿਲਕੁਲ ਨਹੀਂ ਭੁੱਲਿਆ ਜਾਊਗਾ, ਇਹਦਾ ਰੈਫਰੈਂਸ ਕੁਛ ਵੀ ਹੋਵੇ, ਇੱਕ ਰੈਫਰੈਂਸ ਇਹ ਲਗਾਤਾਰ ਹੋਊਗਾ ਕਿ ਉੱਥੇ ਜੋ ਉਦਣ ਦਾ ਮਾਹੌਲ ਬਣਾਇਆ ਸੀਗਾ ਅਸੈਂਬਲੀ ਦੇ ਅੰਦਰ, ਉਹ ਬਾਕੀ ਪੰਜਾਬ ਦੀ ਭਲਾਈ ਲਈ ਗੁਰੂ ਨਾਨਕ ਦੇਵ ਜੀ ਦੀ ਸਪਿਰਿਟ ਦੇ ਵਿੱਚ ਲਗਾਤਾਰ ਉਹੋ ਜਿਹਾ ਮਾਹੌਲ ਕਿਉਂ ਨਹੀਂ ਹੈ, ਇਸ ਕਰਕੇ ਵੀ ਯਾਦ ਰੱਖਿਆ ਹੋਊਗਾ। ਇਸ ਗੱਲ ਦਾ ਵੀ ਲੋਕ ਕਹਿਣਗੇ ਕਿ ਹਾਂ, ਇੱਕ ਪੋਜ਼ਿਟਿਵਲੀ ਯਾਦ ਕਰਨ ਲਈ ਕਿ ਘੱਟੋ ਘੱਟ ਇੱਕ ਦਿਨ ਸਾਡੇ ਪੰਜਾਬ ਦੀ ਉਸ ਵੱਡੀ ਸੰਸਥਾ ਦੇ ਵਿੱਚ ਜਿਹਨੂੰ ਕਿ ਬਿਲਕੁਲ ਇੱਕ ਧੁਰਾ ਹੈ ਡੈਮੋਕ੍ਰੇਸੀ ਦਾ, ਉਹਦੇ ਵਿੱਚ ਇੰਨੀਆਂ ਚੰਗੀਆਂ ਗੱਲਾਂ ਹੋਈਆਂ ਅਤੇ ਸਦਾ ਲਈ ਵੀ ਇਹੋ ਜਿਹੀ ਕੋਈ ਅਸੈਂਬਲੀ, ਇਹੋ ਜਿਹਾ ਕੋਈ ਰਾਜਨੀਤੀ ਗੁਰੂ ਨਾਨਕ ਦੇਵ ਜੀ ਦੀ ਆਸ਼ੀਰਵਾਦ ਲੈ ਕੇ ਆ ਸਕਦੀ ਹੈ ਜਿੱਥੇ ਮਨੁੱਖ ਹੱਥੋਂ ਮਨੁੱਖ ਦਾ ਭਲਾ ਹੀ ਹੋਊਗਾ, ਬੁਰਾ ਕਦੀ ਨਹੀਂ ਹੋਊਗਾ। ਇਸ ਕਰਕੇ ਮੇਰਾ ਖਿਆਲ ਹੈ ਕਿ ਇਸ ਕਰਕੇ ਇਹ ਤਾਂ ਮਾਈਲਸਟੋਨ ਹੈ। ਮੈਂ ਔਨਲਾਈਨ ਇਹ ਬਿਲਕੁਲ ਇਸ ਗੱਲ ਦੀ ਆ, ਦੋਵੇਂ ਜਿਹੜੇ ਪ੍ਰਵਕਤਾ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਨੌਜਵਾਨ ਔਰ ਮਿੱਡਾ ਜੀ, ਜੋ ਇਹਨਾਂ ਨੇ ਅੱਜ ਐਕਸਪ੍ਰੈਸ ਕੀਤਾ ਆਪਣੀ ਪਾਰਟੀ ਦੀਆਂ ਭਾਵਨਾਵਾਂ ਵੀ ਅਤੇ ਆਪਣੀਆਂ ਨਿੱਜੀ ਭਾਵਨਾਵਾਂ ਵੀ, ਮੈਂ ਬਹੁਤ ਧੰਨਵਾਦੀ ਹਾਂ, ਕਿਉਂਕਿ ਅਕਸਰ ਇਹ ਹੋ ਜਾਂਦਾ ਕਿ ਸਾਡੀ ਬਹਿਸ ਪਾਕਿਸਤਾਨ ਦੇ ਨਾ ਪਾਕ ਜਿਹੜੇ ਇਰਾਦੇ ਫਲਾਨਾ, ਉਹ ਸਾਡੇ ਉੱਥੇ ਮਾਰਤਾ ਇੱਥੇ ਮਾ, ਇਹ ਸਾਰੀ ਗੱਲ ਇੱਕ ਜੁੜਤ ਦੀ, ਇੱਕ ਇਨਸਾਫ ਦੀ, ਇੱਕ ਬਰਾਬਰਤਾ ਦੀ, ਇੱਕ ਪਿਆਰ ਦੀ, ਇੱਕ ਸਦਭਾਵਨਾ ਦੀ, ਇੱਕ ਸ਼ਾਂਤੀ ਦੀ, ਉਸ ਕਿਸਮ ਦੀਆਂ ਗੱਲਾਂ ਅੱਜ ਸਾਡੇ ਇਸ ਸਾਰੇ ਫਿਜ਼ਾ ਦੇ ਵਿੱਚ ਹੈਗੀਆਂ, ਸਾਡੇ ਜ਼ਿਹਨ ਦੇ ਵਿੱਚ ਹੈਗੀਆਂ, ਸਾਡੇ ਪੰਜਾਬ ਦੇ ਵਿੱਚ ਚੱਲ ਰਹੀਆਂ ਅਸੈਂਬਲੀ ਦੇ ਅੰਦਰੋਂ ਨਿਕਲ ਕੇ। ਮੈਨੂੰ ਬਹੁਤ, ਮੈਂ ਬਹੁਤ ਧੰਨਵਾਦੀ ਹਾਂ ਇਸ ਜੋ ਇੱਥੇ ਦੇ ਐਟਮੋਸਫੀਅਰ ਵੀ ਬਣਿਆ ਅਸੈਂਬਲੀ ਦੇ ਅੰਦਰ ਵੀ, ਔਰ ਜੋ ਇਸ ਨੂੰ ਹੁਣ ਉਹਨਾਂ ਦੇ ਪ੍ਰਵਕਤਾ ਕੈਰੀ ਕਰ ਰਹੇ ਆ, ਐਸੇ ਨੂੰ ਹੀ ਅੱਗੇ ਕੈਰੀ ਕਰਨਾ ਚਾਹੀਦਾ। ਠੀਕ ਹੈ, ਸਤਿੰਦਰ ਸਿੰਘ, ਵੈਸੇ ਮੈਂ ਸਵਾਲ ਨਹੀਂ ਕਰਨਾ ਚਾਹੁੰਦਾ ਸੀਗਾ, ਪਰ ਇਹ ਸਵਾਲ ਆ ਜਿਹੜਾ ਉਹ ਤੈਰ ਰਿਹਾ ਹੈਗਾ ਕਿ ਹਰਿਆਣਾ ਸਦਨ ਦੇ ਵਿੱਚ ਐਸ ਵਾਈਲ ਦੇ ਮੁੱਦੇ ਦੀ ਗੂੰਜ ਹੁੰਦੀ ਆ, ਅਗਲੇ ਦਿਨ ਆ ਕੇ ਉਹ ਇਸ ਸਦਨ ਦੇ ਵਿੱਚ ਬੈਠਦੇ ਹੈਗੇ ਆ, ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੋਵੇ, ਹਵਾ ਪਾਣੀ ਦਾ ਜ਼ਿਕਰ ਕਰਦੇ ਹੋਣ, ਜਦੋਂ ਪ੍ਰਦੂਸ਼ਣ ਦਾ ਜ਼ਿਕਰ ਹੋਵੇ, ਕਿ ਉਹ ਕੜੱਤਨ ਵੀ ਅਸੀਂ ਘਟਾਉਣ ਦੇ ਵਿੱਚ ਅੱਗੇ ਵਧਾਂਗੇ ਜਾਂ ਨਹੀਂ? ਨਹੀਂ, ਉਹ ਨਹੀਂ ਘੱਟ ਸਕਦੀ, ਉਹਦਾ ਰੀਜ਼ਨ ਦੇਖੋ, ਪੋਲੀਟੀਕਲ ਕੰਪਲਸ਼ਨ ਹੈ ਦੋਨਾਂ ਪਾਸੇ। ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਇਹੋ ਤਰ੍ਹਾਂ ਇੰਡੀਆ ਦੇ ਪਾਕਿਸਤਾਨ ਦੇ ਲੋਕਾਂ ਨੂੰ ਜਿਸ ਤਰ੍ਹਾਂ ਬੇਵਕੂਫ ਬਣਾਇਆ ਜਾਂਦਾ, ਉਹ ਚੀਜ਼ਾਂ ਨਹੀਂ ਖਤਮ ਹੋ ਸਕਦੀਆਂ। ਹੁਣ ਤੁਸੀਂ ਦੇਖੋ, ਮੈਂ ਦਾਅਵੇ ਨਾਲ ਕਹਿੰਦਾ, ਤੁਸੀਂ ਅੱਜ ਕਹਿ ਦਿਓ ਕਿ ਅਗਲੇ 10 ਸਾਲਾਂ ਦੇ ਵਿੱਚ ਕੋਈ ਨਾ ਪੰਜਾਬ 'ਚ ਨਾ ਹਰਿਆਣੇ 'ਚ ਨਾ ਇੰਡੀਆ 'ਚ ਇਲੈਕਸ਼ਨ ਨਹੀਂ ਹੋਊਗੀ, ਕਿਸੇ ਸਟੇਟ 'ਚ ਇਲੈਕਸ਼ਨ ਨਹੀਂ ਹੋਊਗੀ, ਨਾ ਪਾਰਲੀਮੈਂਟ ਦੀ ਇਲੈਕਸ਼ਨ ਹੋਊਗੀ 10 ਸਾਲ। ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਇੱਥੇ ਪੀਸ ਜਿਹੜੀ ਆ ਘੱਟੋ ਘੱਟ 8 ਸਾਲ ਪੀਸ ਰਹੂਗੀ, ਆਖਰੀ ਜਿਹੜਾ ਫਿਰ 9-10ਵਾਂ ਸਾਲ ਹੋਊਗਾ ਉਹਦੇ 'ਚ ਫਿਰ ਆਹੀ ਕੁਛ ਬਕਵਾਸ ਹੋਏਗੀ, ਪਾਕਿਸਤਾਨ ਨੇ ਆਹ ਕਰਤਾ ਉਹ ਕਰਤਾ। ਸੋ ਇਹ ਜਿਹੜੀਆਂ ਚੀਜ਼ਾਂ ਇਲੈਕਸ਼ਨ ਨਾਲ ਜੁੜੀਆਂ ਹੋਈਆਂ, ਹੁਣ ਸਾਨੂੰ ਇਲੈਕਸ਼ਨ ਜਿੱਤਣ ਵਾਸਤੇ ਇੰਡੀਆ 'ਚ ਸਾਡੇ ਕੋਲ ਡਿਵੈਲਪਮੈਂਟ ਦਾ ਕੋਈ ਏਜੰਡਾ ਨਹੀਂ, ਸਾਡੇ ਕੋਲ ਕੁਛ ਨਹੀਂ ਹੈਗਾ, ਸਾਡੇ ਕੋਲ ਪਾਕਿਸਤਾਨ ਹੈਗਾ। ਪਾਕਿਸਤਾਨ ਦੇ ਵਿਰੁੱਧ ਰੱਜ ਕੇ ਬੋਲੋ, ਭੰਡੀ ਕਰੋ, ਸਾਡਾ ਚੈਨਲ ਸਾਰੇ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਉੱਧਰ ਕੋਰੀਡੋਰ ਖੁੱਲ੍ਹਣ ਜਾ ਰਿਹਾ, ਔਰ ਉੱਧਰ ਚੈਨਲਾਂ ਦੇ ਉੱਤੇ ਕੁਛ ਜਿਹੜੀਆਂ ਚੁਣਵੀਆਂ ਚੈਨਲਸ ਆ ਉਹਦੇ ਚੱਲ ਰਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨਾਲ ਜਿਹੜਾ ਮਿਲੀਟੈਂਟਾਂ ਦਾ ਕੈਂਪ ਚੱਲ ਰਿਹਾ, ਉੱਥੇ ਖਤਰਾ ਹੈਗਾ, ਉੱਥੇ 2020 ਦਾ ਰੈਫਰੈਂਡਮ ਦਾ ਜ਼ਿਕਰ ਹੋ ਰਿਹਾ, ਆਹ ਹੋ ਰਿਹਾ, ਇਹ ਸਾਰਾ ਜਿਹੜਾ ਨੈਗੇਟਿਵ ਜਿਹੜਾ ਪ੍ਰੋਪਾਗੈਂਡਾ ਹੈ, ਇਹੀ ਜਿਹੜਾ ਸਾਰਾ ਉਹਦੇ ਪਿੱਛੇ ਪੋਲੀਟੀਕਲ ਰੀਜ਼ਨਸ ਹੈਗੇ ਆ। ਜੇ ਇਹ ਬੰਦ ਹੋ ਜੇ, ਮੈਨੂੰ ਲੱਗਦਾ ਕਿ ਪੀਸ ਜਿਹੜੀ ਆ ਉਹ ਬੜੀ ਜਲਦੀ ਹੋ ਸਕਦੀ ਹੈ। ਠੀਕ ਹੈ, ਕਲੇਰ ਸਾਹਿਬ, ਇੱਕ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ, ਤੁਸੀਂ ਬਾਦਲ ਸਾਹਿਬ ਦੇ ਸੰਬੋਧਨ ਨੂੰ ਚੰਗੀ ਤਰ੍ਹਾਂ ਸੁਣਿਆ ਹੈਗਾ, ਬਾਦਲ ਸਾਹਿਬ ਨੇ ਸੰਬੋਧਨ ਦੇ ਵਿੱਚ ਇਹ ਗੱਲ ਵੀ ਕਹੀ ਹੈਗੀ ਹੈ ਕਿ ਸਾਨੂੰ ਪੁਰਾਣੀਆਂ ਚੀਜ਼ਾਂ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈਗਾ, ਉਹਨਾਂ ਦਾ ਇਹ ਮਤਲਬ ਕੀ ਸੀ, ਇਹ ਮੈਨੂੰ ਸਮਝ ਨਹੀਂ ਆਇਆ, ਜੇ ਤੁਸੀਂ ਸਮਝਾ ਸਕੋ ਤਾਂ।
पार्टी के तौर पर अकाली दल की कांग्रेस के नाल बहुत तरह की कड़त्तन हो सकती है इलैक्शन के टाइम च हो जाएं ने। सो बादल साहब के कहने का एको एक मकसद से कि पुरानी अगर पार्टियां दे विच भी कोई कड़त्तन है उन्हां तो उपर उठीए बाबा नानक के फलसफे ते चलीए ते सारे अगर पंजाब के जिहड़े मेन मुद्दे ने जिवें बादल साहब ने अज मुद्दा चक्या जिहड़ा यूथ बाहर जा रहा ऐसे मुद्दों नूं सोल्व करन लई अगर एक प्लेटफॉर्म ते इकट्ठे आईए तो पंजाब की भलाई लई काम करिए उन्हां दा सारा ध्यान अज इस पासे केंद्रित रहा। सांझी स्टेज हो जूगी ਸਾਂਝੀ ਸਟੇਜ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵੱਲੋਂ ਤਾਂ ਹਮੇਸ਼ਾ ਹੀ ਸੱਦਾ ਕਿ ਆਉਣ ਤੇ ਸਾਡੀ ਸਟੇਜ ਤੇ ਕਰਨ ਜੋ ਵੀ ਕਰਨ। ਰਿੰਪਲ ਮਿੱਡਾ ਸਵਾਲ ਉੱਥੇ ਆ ਕੇ ਰੁਕਦਾ ਹੈਗਾ ਫਲਸਫੇ ਦਾ ਜ਼ਿਕਰ ਹੋ ਰਿਹਾ ਸਦਨ ਦੇ ਵਿੱਚ ਸਭ ਕੁਝ ਦਿਖਾਇਆ ਜਾ ਰਿਹਾ ਬਾਹਰ ਕਿਉਂ ਨਹੀਂ ਦਿਖਦਾ ਪਿਆ ਉੱਥੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੀ ਸਟੇਜ 'ਤੇ ਆ ਜਾਓ ਉਹ ਕਹਿੰਦੇ ਸਾਡੀ ਸਟੇਜ 'ਤੇ ਆ ਜਾਓ ਗੁਰੂ ਨਾਨਕ ਦੀ ਸਟੇਜ 'ਤੇ ਕਿਉਂ ਨਹੀਂ ਇਕੱਠੇ ਹੁੰਦੇ ਤੁਸੀਂ? ਦੇਖੋ ਜੀ ਜਿਹੜੀ ਗੱਲ ਹੈ ਕਿ ਅੱਜ ਵੀ ਇਸ ਗੱਲ ਦਾ ਜ਼ਿਕਰ ਹੋਇਆ ਸੀ ਕਿ ਅੱਜ ਵੀ ਜਿਹੜੇ ਆ ਅਸੀਂ ਤਿਆਰ ਹਾਂ ਸਟੇਜ ਸਾਂਝੀ ਕਰਨ ਵਾਸਤੇ ਪਰ ਇਸ ਤੋਂ ਵੀ ਪਹਿਲਾਂ ਜਦੋਂ ਸਟੇਜ ਦਾ ਹਜੇ ਕੰਮ ਆਰੰਭ ਹੋਣਾ ਸੀ ਔਰ ਉਸ ਵੇਲੇ ਵੀ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਮਾਣਯੋਗ ਮੁੱਖ ਮੰਤਰੀ ਜੀ ਦੀ ਹਦਾਇਤ ਦੇ ਉੱਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਾ ਕੇ ਮਿਲੇ ਔਰ ਉਹਨਾਂ ਨੇ ਅੱਗੇ ਤਜਵੀਜ਼ ਰੱਖੀ ਕਿ ਇਹ ਜਿਹੜਾ ਸਮਾਗਮ ਹੈ ਆਪਾਂ ਸਾਂਝੇ ਤੌਰ 'ਤੇ ਮਨਾਉਣਾ ਹੈ ਔਰ ਉਸ ਵੇਲੇ ਜਿਹੜਾ ਹੈ ਉਹਨਾਂ ਨੇ ਬਿਲਕੁਲ ਇਹ ਗੱਲ ਨਹੀਂ ਕਹੀ ਕਿ ਜਿਹੜੀ ਸਟੇਜ ਹੈ ਉਹ ਅਸੀਂ ਬਣਾਵਾਂਗੇ। ਜਦੋਂ ਸਟੇਜ ਦਾ ਕੰਮ 90% ਤੋਂ ਵੀ ਉੱਤੇ ਚਲਾ ਗਿਆ ਔਰ ਉਸ ਵੇਲੇ ਜਿਹੜਾ ਇਹ ਅਚਾਨਕ ਜਿਹੜਾ ਇੱਕ ਸਿਆਸੀ ਦਬਾਅ 'ਚ ਇੱਕ ਫੈਸਲਾ ਆ ਗਿਆ ਔਰ ਹੁਣ ਜਿਹੜਾ ਹੈ ਹੁਣ ਵੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੈਰ ਉੱਧਰ ਲੈ ਕੇ ਆਵੇ ਤਾਂ ਅਸੀਂ ਸਾਰੇ ਪਿੱਛੇ ਹੋ ਕੇ ਉਸਦਾ ਸਤਿਕਾਰ ਕਰਾਂਗੇ। ਕੇਪੀ ਜੀ ਮੈਂ ਇੱਕ ਚੀਜ਼ ਦੀ ਕਲੈਰੀਫਿਕੇਸ਼ਨ ਕਰਦਾ, ਵੈਸੇ ਤਾਂ ਅੱਜ ਉਹ ਮੁੱਦਾ ਹੀ ਨਹੀਂ ਹੈਗਾ, ਅੱਜ ਆਪਾਂ 550 ਸਾਲਾਂ ਦੇ ਉਪਲੱਖ 'ਚ ਆਪਾਂ ਪੋਲੀਟੀਕਲ ਗੱਲ ਮੈਂ ਕਰਨੀ ਨਹੀਂ ਚਾਹੁੰਦਾ ਸੀ, ਬਟ ਇਹ ਵੀ ਇੱਕ ਤਰ੍ਹਾਂ ਦਾ ਆਪਣੇ ਆਪ 'ਚ ਉਹ ਹੈ ਕਿ 90% ਸੇ ਸਟੇਜ ਤਿਆਰ ਸੀ ਸਰਕਾਰ ਦੀ, ਉਸ ਤੋਂ ਬਾਅਦ ਫੈਸਲਾ ਹੋਇਆ, ਐਸੀ ਕੋਈ ਗੱਲ ਨਹੀਂ ਸੀ ਗਰਾਊਂਡ ਰਿਐਲਿਟੀ ਦੇ ਉੱਤੇ। ਪਰ ਫਿਰ ਅੱਜ ਜਿਹੜਾ ਆਪਣਾ ਕਾਰਜਕ੍ਰਮ ਵੀ ਟੋਟਲ 550 ਸਾਲਾਂ ਤੋਂ ਪੋਲੀਟੀਕਲ ਗੱਲ ਤੋਂ ਗਰੇਜ਼ ਕਰੀਏ, ਸਿਰਫ ਜੋ ਅੱਜ ਸਦਨ ਦੇ ਵਿੱਚ ਹੋਇਆ ਉਹ ਤੇ ਕੇਂਦਰਿਤ ਰਹੀ ਹੈ। ਬਾਬੇ ਨਾਨਕ ਦੀ ਸਟੇਜ ਦੀ ਗੱਲ ਕੀਤੀ, ਬਾਬੇ ਨਾਨਕ ਦੀ ਸਟੇਜ ਦੀ ਆਪਾਂ ਇਹ ਫਿਰ, ਕਿਉਂਕਿ ਜਦੋਂ ਸਟੇਜ ਦੀ ਜਾਂ ਕੋਈ ਐਸੀ ਗੱਲ ਹੁੰਦੀ ਫਿਰ ਆਪਾਂ ਪੋਲੀਟੀਕਲ ਤਕਰੀਰਬਾਜ਼ੀ 'ਚ ਪੈ ਜਾਈਏ, ਸੋ ਆਪਾਂ ਅੱਜ ਨਾ ਹੀ ਕਰੀਏ ਤਾਂ ਚੰਗੀ ਗੱਲ। ਲਾਸਟ ਕਮੈਂਟ ਮੈਨੂੰ ਤੁਹਾਡਾ ਚਾਹੀਦਾ ਪ੍ਰਸਮ ਮਨਜੀਤ ਸਿੰਘ, ਸਦਨ ਦੇ ਅੰਦਰ ਬਾਬੇ ਨਾਨਕ ਦੇ ਫਲਸਫੇ ਤੇ ਅੱਗੇ ਤੁਰਨ ਦੀ ਗੱਲ ਕੀਤੀ ਜਾਂਦੀ ਹੈ, ਬਾਹਰ ਕਿਉਂ ਨਹੀਂ? ਨਹੀਂ ਹੋਊਗੀ ਉਹ ਤੇ ਮੈਨੂੰ, ਸਾਨੂੰ ਸਾਰਿਆਂ ਨੂੰ ਪਤਾ, ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਤਾ, ਕਿਉਂਕਿ ਬਾਹਰ ਜਿਹੜੇ ਸਿਸਟਮ ਦੀ ਜਕੜ ਦੇ ਵਿੱਚ ਇੰਨਾ ਉਹਦੇ 'ਚ ਘੁਸ ਚੁੱਕੇ ਆ ਸਾਰੇ ਸਿਸਟਮ 'ਚ, ਗੰਦਗੀ ਦੇ ਵਿੱਚ, ਉਹਦੇ 'ਚੋਂ ਨਿਕਲਣ ਲਈ ਇਹਨਾਂ ਦੇ ਕੋਲ ਜ਼ਰੂਰਤ ਹੀ ਨਹੀਂ ਹੈਗੀ। ਅਦਰਵਾਈਜ਼ ਸੱਚ ਬੰਦਾ ਕੌਣ ਬੋਲੂਗਾ ਜਿਹੜਾ ਇਮਾਨਦਾਰ ਹੋਊਗਾ? ਔਰ ਸੱਚ ਤੋਂ ਬਗੈਰ ਕੋਈ ਰੱਬ ਦਾ ਹੋਰ ਰਸਤਾ ਨਹੀਂ ਹੈ, ਸੱਚ ਨੂੰ ਪਾਉਣਾ ਉਹੀ ਸੱਚ ਆ ਜਿਹੜੀ ਕਿਰਤ ਕਰਨੀ ਵੰਡ ਸਕਣਾ ਔਰ ਨਾਮ ਜਪਣਾ। ਪਰ ਉਸ ਸਾਰੇ ਜਿਹੜੇ ਬੇਸਿਕ ਪ੍ਰਿੰਸੀਪਲਸ ਹੈ ਆ ਉਹਨਾਂ ਤੋਂ ਇਹ ਕੋਹਾਂ ਮੀਲ ਦੂਰ ਹੈਗੇ ਆ, ਇੰਨੀ ਇਹਨਾਂ 'ਚ ਜ਼ਰੂਰਤ ਅਤੇ ਹਿੰਮਤ ਹੀ ਨਹੀਂ ਕਿ ਉਸ ਰਸਤੇ ਦੇ ਉੱਤੇ ਆ ਕੇ ਸਾਰਾ ਕੁਝ ਛੱਡ ਕੇ ਚੱਲਣ। ਇਹੀ ਕਾਰਨ ਆ ਕਿ ਬਾਹਰ ਆ ਕੇ ਫਿਰ ਲਫਾਫੇਬਾਜ਼ੀ, ਉਹ ਹੀ ਝੂਠ ਸੱਚ ਰਾਜਨੀਤੀ ਆ ਜਾਂਦੀ ਹੈ। ਪਰ ਫਿਰ ਵੀ ਇੱਕ ਦਿਨ ਜਿਹੜਾ ਉਸ ਕਿਸਮ ਦਾ ਇਹਨਾਂ ਨੇ ਮਾਹੌਲ ਕ੍ਰੀਏਟ ਕੀਤਾ, ਇਹਨਾਂ ਉਸ ਮਾਹੌਲ ਲਈ, ਉਸ ਔਰੇ ਲਈ, ਇਹਨਾਂ ਦਾ ਬਹੁਤ ਬਹੁਤ, ਉਸ ਫਿਜ਼ਾ ਲਈ ਬਹੁਤ ਬਹੁਤ ਧੰਨਵਾਦ। ਬੈਸਾ ਲਾਸਟ ਕਮੈਂਟ ਤੁਹਾਡੇ, ਸਿੱਖਿਆ ਜਵਾਨੀ ਕਿਸਾਨੀ ਦਾ ਜ਼ਿਕਰ ਹੋਇਆ, ਉੱਥੇ ਗੁਰੂ ਨਾਨਕ ਸਾਹਿਬ ਨੇ ਜਿਸ ਤਰੀਕੇ ਨਾਲ ਜਬਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ, ਉਸ ਦਾ ਜ਼ਿਕਰ ਹੋਇਆ ਕਿ ਇਹਨਾਂ ਸਭ ਚੀਜ਼ਾਂ 'ਤੇ ਕੁਝ ਹਿੱਸਾ ਜਿਹੜਾ, ਕੁਝ ਪਰਸੈਂਟ ਆ, ਕੁਝ ਫੀਸਦੀ ਆ, ਸਿਆਸਤ ਅੱਗੇ ਵਧਣਗੇ ਜਾਂਦੇ? ਨਹੀਂ, ਇਸ ਤਰ੍ਹਾਂ ਦੀ ਮੈਨੂੰ ਤਾਂ ਕੋਈ ਸੰਭਾਵਨਾ ਲੱਗਦੀ ਨਹੀਂ। ਦੇਖੋ, ਜਿਹੜੀ ਸਿੱਖਿਆ ਆ, ਸਾਡੇ ਆਪ ਸਾਡੀਆਂ ਸਰਕਾਰਾਂ ਸਕੂਲ ਬੰਦ ਕਰੀ ਜਾ ਰਹੀਆਂ, ਸਿੱਖਿਆ ਤੋਂ ਵਾਂਝੇ ਕਰ ਰਹੀਆਂ ਬੱਚਿਆਂ ਨੂੰ, ਔਰ ਜਿਹੜੇ ਸਿਹਤ ਦਾ ਹਾਲਤ ਮਾੜੀ ਹੈ, ਡਰੱਗਸ ਦੀ ਇੰਨੀ ਜ਼ਿਆਦਾ ਵੱਧ ਚੁੱਕੇ ਆ, ਸੋ ਇਹ ਚੀਜ਼ਾਂ ਦਾ ਤੁਸੀਂ ਇਹਨਾਂ ਤੋਂ ਆਸ ਰੱਖਣੀ, ਜੇ ਹੁਣ ਤੱਕ ਇਹਨਾਂ ਕੋਲ ਬਹੁਤ ਟਾਈਮ ਸੀਗਾ ਜੇ ਕਰਨਾ ਹੁੰਦਾ ਕਰ ਦਿੰਦਾ, ਬਾਬੇ ਨਾਨਕ ਨੇ ਨਹੀਂ ਅੱਗੇ ਕਰਨਾ, ਇਹ ਬਾਬੇ ਨਾਨਕ ਦੀ ਜੇ ਸੋਚ 'ਤੇ ਚੱਲਣਗੇ ਤਾਂ ਇਹ ਹੋਣਾ। ਦੂਜਾ, ਤੁਸੀਂ ਜ਼ਿਕਰ ਕੀਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ, ਕਿ ਉਹਨਾਂ ਨੇ ਕਿਹਾ ਮੇਰੀ 93 ਸਾਲ ਦੀ ਸਾਲ ਉਮਰ ਹੈ, ਮੇਰੇ ਤੋਂ ਜੇ ਕੋਈ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਉ, ਅੱਗੇ ਵਾਸਤੇ ਮੈਂ ਅਸੀਂ ਜਿਹੜਾ ਬਰਾਬਰ ਬਾਬੇ ਨਾਨਕ ਦੀ ਸੋਚ 'ਤੇ ਚੱਲੀਏ, ਅਸੀਂ ਪੀਸਫੁਲੀ ਚੱਲੀਏ। ਸੋ ਉਹਦੇ ਪਿੱਛੇ ਮੇਰਾ ਇੱਕ ਦਿਮਾਗ 'ਚ ਜਿਹੜੀ ਗੱਲ ਹਮੇਸ਼ਾ ਆ ਰਹੀ ਹੈ ਸਵੇਰ ਦੀ, ਕਿ ਉਹਨਾਂ ਦਾ ਕੀ ਮਤਲਬ ਸੀਗਾ ਕਹਿਣ ਦਾ, ਕਿ ਕੀ ਜਿਹੜੇ ਸਾਡੇ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਕੇਸ ਬਣੇ ਹੋਏ ਆ ਜਾਂ ਜਿਹਨਾਂ ਦੀ ਇੰਕੁਆਇਰੀਆਂ ਚੱਲੀਆਂ, ਕਿ ਉਹ ਬੰਦ ਕਰਦੀਆਂ ਜਾਣ, ਕਿ ਅਸੀਂ ਮੁੜ ਕੇ ਜਿਹੜੇ ਆ ਉਸੇ ਉਮਰ ਦਾ ਹਵਾਲਾ ਦੇ ਕੇ ਉਹਨਾਂ ਨੇ ਗੱਲ ਕੀਤੀ ਹੈ? ਮੈਂ ਉਸ ਲਹਿਜੇ ਨਾਲ ਕਹਿ ਰਿਹਾ ਕਿ ਸਾਰਾ ਕੁਝ ਅਸੀਂ ਦੁਬਾਰਾ ਤੋਂ ਸਾਰਾ ਖਤਮ ਕਰਕੇ ਇੱਕ ਵਾਰੀ ਨਵੀਂ ਸ਼ੁਰੂਆਤ ਜਿਹੜੀ ਕਰੀਏ। ਮੇਰੇ ਕੋਲ ਵਕਤ ਮੈਂ ਤੁਹਾਡੇ ਜਿਹੜੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਜਿੰਨੇ ਵੀ ਪੰਜਾਬੀ ਨੇ, ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ। ਠੀਕ ਹੈ, ਹਾਂਜੀ ਗਲੇ ਸਾਹਿਬ, ਮੇਰੇ ਵੱਲੋਂ ਵੀ ਵਧਾਈ ਹੈ ਜੀ, ਪਰ ਮੈਂ ਇਹਨਾਂ ਦੀ ਗੱਲ ਨਾਲ ਬਹਿਨ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਕੋਈ ਇਸ ਤਰ੍ਹਾਂ ਦਾ ਬਿਆਨ ਉਹਨਾਂ ਨੇ ਤਾਂ ਦਿੱਤਾ, ਅਦਰਵਾਈਜ਼ ਬਾਦਲ ਸਾਹਿਬ ਵਰਗਾ ਫਰਾਕ ਦਿਲ ਬਾਦਲ ਸਾਹਿਬ ਤਾਂ ਉਹ ਇਨਸਾਨ ਨੇ ਜਿਹੜੇ ਮੋਹਾਲੀ ਕੋਰਟ 'ਚੋਂ ਜਿੱਦਣ ਬਰੀ ਹੋਏ ਸੀ ਵਿਧਾਨ ਸਭਾ ਦੇ ਵਿੱਚ ਜਾ ਕੇ, ਜਿਹੜਾ ਅਮਰਿੰਦਰ ਸਿੰਘ ਜੀ 'ਤੇ ਉਹਨਾਂ ਨੇ ਮਾਨਹਾਨੀ ਦਾ 4 ਕਰੋੜ ਦਾ ਮੁਕੱਦਮਾ ਕੀਤਾ ਸੀ, ਉਹਨਾਂ ਨੇ ਉਸੇ ਦਿਨ ਵਾਪਸ ਲੈ ਲਿਆ ਸੀ। ਸੋ ਬਾਦਲ ਸਾਹਿਬ ਦੀ ਸ਼ਖਸੀਅਤ ਇਹ ਗੱਲਾਂ ਤੋਂ ਬਹੁਤ ਉੱਤੇ ਹੈ, ਐਡਾ ਛੋਟਾ ਬਾਦਲ ਸਾਹਿਬ ਨਹੀਂ ਸੋਚਦੇ ਕਿ ਉੱਥੇ ਉਹ ਮਾਫ਼ੀ ਇਹ ਗੱਲ
ਮੈਂ ਬਹੁਤ ਬਾਦਲ ਸਾਹਿਬ ਦੀ ਸ਼ਖਸੀਅਤ ਇਹਨਾਂ ਤੋਂ ਬਹੁਤ ਉੱਪਰ ਹੈ। ਮਾਣਹਾਨੀ ਦੇ ਮੁਕੱਦਮੇ ਦੀ ਗੱਲ ਕੀਤੀ ਹੈਗੀ ਹੈ ਤੁਸੀਂ, ਮੈਂ ਤਾਂ ਇਹ ਕਹੂੰਗਾ ਸਾਰੇ ਸਿਆਸਤਦਾਨ ਪੰਜਾਬ ਦੀ ਮਾਣਹਾਨੀ ਨਾ ਕਰਨ, ਇਹ ਧਿਆਨ ਰੱਖਣ। ਬਹੁਤ ਧੰਨਵਾਦ ਕਲੇਰ ਸਾਹਿਬ ਤੁਹਾਡਾ, ਪ੍ਰਸਮਜੀਤ ਸਿੰਘ ਤੁਹਾਡਾ, ਰਿਵਲ ਬੇਟਾ ਤੁਹਾਡਾ ਬਹੁਤ ਧੰਨਵਾਦ, ਸੁੰਦਰ ਸਿੰਘ ਬੈਂਸ ਤੁਹਾਡਾ ਬਹੁਤ ਧੰਨਵਾਦ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਸਾਰੇ ਰਲ ਕੇ ਮਨਾਈਏ, ਇਕੱਠੇ ਮਨਾਈਏ, ਉਹਨਾਂ ਦੇ ਫਲਸਫੇ 'ਤੇ ਚੱਲੀਏ, ਸਿਰਫ ਗੱਲੀ ਬਾਤੀ ਅਸੀਂ ਚੰਗੇ ਨਾ ਬਣੀਏ, ਅਮਲ ਵੀ ਕਰੀਏ। ਹਕੀਕਤ ਦੀ ਜ਼ਮੀਨ 'ਤੇ ਹੈ, ਅਸੀਂ ਉਸ ਤਰੀਕੇ ਉਤਰ ਸਕੀਏ। ਇਹੀ ਸੁਨੇਹਾ ਜਿਹੜਾ ਉਹ ਸਾਰੇ ਪੰਜਾਬ 'ਚਾਹੁੰਦੇ ਹੈਗੇ, ਸਾਰੇ ਪੰਜਾਬੀ 'ਚਾਹੁੰਦੇ ਹੈਗੇ ਆ, ਨਾਨਕ ਨਾਮ ਲੇਵਾ ਸੰਗਤ 'ਚਾਹੁੰਦੀ ਹੈਗੀ ਆ, ਸਰਹੱਦ ਦੇ ਇੱਧਰ ਸਰਹੱਦ ਦੇ ਪਾਰ ਦੋਨੋਂ ਪਾਸੇ ਸੁਨੇਹਾ ਜਾਣਾ ਚਾਹੀਦਾ, ਤਾਂ ਹੀ ਪਿਆਰ ਦਾ ਲਾਂਘਾ ਬਣੇਗਾ। ਬਹੁਤ ਧੰਨਵਾਦ।